ਸਵਾਗਤ ਪ੍ਰੋਗਰਾਮ ਗੱਲਾਂ ਤੇ ਗੀਤ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਮੈਂ ਬਰਨਕੌਰ ਮਾਣ ਮਾਣ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਨਾ ਬਹੁਤ ਵਧੀਆ ਹੁੰਦਾ ਜਦੋਂ ਮਾਪੇ ਤੁਹਾਡੇ ਤੇ ਮਾਣ ਮਹਿਸੂਸ ਕਰਦੇ ਨੇ ਉਹਨਾਂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਹੈ ਜਦੋਂ ਸਮਾਜ ਤੁਹਾਡੇ ਤੇ ਮਾਣ ਕਰਦਾ ਫਿਰ ਹੋਰ ਤੁਹਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਣ ਲੱਗਦਾ ਤੇ ਜਦੋਂ ਇਹ ਸਾਰਾ ਮਾਣ ਧਾਣ ਇੱਕ ਔਰਤ ਨੂੰ ਮਿਲਦਾ ਨਾ ਫਿਰ ਸਮਾਜ ਦਾ ਨਜ਼ਰੀਆ ਬਦਲਦਾ ਹੈ ਕੁਝ ਲੋਕ ਕਹਿੰਦੇ ਨੇ ਵਾਹ ਕਮਾਲ ਕਰਤੀ ਕੁਝ ਲੋਕ ਕਹਿੰਦੇ ਨੇ ਇਹ ਤਾਂ ਇਹ ਜਨਾਨੀ ਹੋ ਕੇ ਤੇ ਘਰਦਿਆਂ ਨੇ ਇਹਨੂੰ ਇਦਾਂ ਕਿਦਾਂ ਕਰ ਲੈਣ ਦੇ ਦਿੱਤਾ ਇੱਥੇ ਪਹੁੰਚ ਗਈ ਇਹ ਨਜ਼ਰੀਏ ਦੋ ਤਰੀਕੇ ਦੇ ਹੋ ਜਾਂਦੇ ਨੇ ਜਦੋਂ ਔਰਤ ਨੂੰ ਜ਼ਿੰਦਗੀ ਦੇ ਵਿੱਚ ਤਰੱਕੀ ਮਿਲਦੀ ਹੈ ਕੁਝ ਉਸ ਨੂੰ ਸਵੀਕਾਰ ਕਰਦੇ ਨੇ ਕੁਝ ਉਸ ਨੂੰ ਹੱਲੇ ਅਜੋਕੇ ਸਮੇਂ ਦੇ ਵਿੱਚ ਵੀ ਸਵੀਕਾਰ ਨਹੀਂ ਕਰਨਾ ਚਾਹੁੰਦੇ ਪਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨਜ਼ਰੀਆ ਬਦਲ ਗਿਆ ਕਿੰਨਾ ਕਿਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਗੁੱਤਮ ਗੁੱਥੀ ਜੀ ਬਣੀ ਹੋਈ ਹੈ ਤੋ ਨਾਰੀ ਸਸ਼ਕਤੀਕਰਨ ਇਕ ਅੱਖਰ ਉੱਪਰ ਕੀ ਹੁੰਦਾ ਜੋ ਔਰਤਾਂ ਦੇ ਨਾਲ ਜੁੜ ਗਿਆ ਇਸ ਦੇ ਉੱਤੇ ਗੱਲਬਾਤ ਕਰਨੀ ਹੈ ਜੇ ਆਪਾਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਸਾਰੇ ਵਿਸਥਾਰ ਦੇ ਵਿੱਚ ਜਾਵਾਂਗੇ ਔਰ ਵਿਸਥਾਰ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਵੀ ਅਜਿਹੇ ਸਖਸ਼ੀਅਤ ਪਹੁੰਚੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਔਰਤ ਹੋ ਕੇ ਬੜਾ ਕੁਝ ਹਾਸਲ ਕੀਤਾ ਬੜੀਆਂ ਉਪਲਬਧੀਆਂ ਨੇ ਨਾਮ ਦੱਸਣ ਤੋਂ ਪਹਿਲਾਂ ਇੰਨਾ ਜ਼ਰੂਰ ਦੱਸ ਦਨੀ ਹੈ ਕਿ 1979 ਦੇ ਵਿੱਚ ਜਦੋਂ 9ਵੀਂ 10ਵੀਂ ਚ ਪੜ੍ਹਦੇ ਸੀਗੇ ਉਦੋਂ ਹੀ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੋ 9ਵੀਂ 10ਵੀਂ ਕਲਾਸ ਦੇ ਵਿੱਚ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਹੋ ਜਾਣਾ ਇੱਕ ਔਰਤ ਹੋਣ ਕਰਕੇ ਫਿਰ ਪੂਰੀ ਜ਼ਿੰਦਗੀ ਉਹਨਾਂ ਦੀ ਕੀ ਕੀ ਉਪਲਬਧੀਆਂ ਰਹੀਆਂ ਹੋਣਗੀਆਂ ਮੈਂ ਗੱਲ ਕਰ ਰਹੀਆਂ ਹਰਦੀਪ ਕੌਰ ਭੰਮਰਾ ਹੋਣਾ ਦੀ ਡਿਪਟੀ ਕਮਿਸ਼ਨਰ ਸਟੇਟ ਟੈਕਸ ਇਨਵੈਸਟੀਗੇਸ਼ਨ ਵਿੰਗ ਜਲੰਧਰ ਜ਼ੋਨ ਬਠਿੰਡਾ ਜ਼ੋਨ ਇਹਨਾਂ ਦੇ ਅੰਡਰ ਆਉਂਦੇ ਨੇ 17 ਜ਼ਿਲ੍ਹਿਆਂ ਨੂੰ ਇਹ ਇਕੱਲੇ ਹੈਂਡਲ ਕਰਦੇ ਨੇ ਔਰ ਕਈ ਵਾਰੀ ਤਾਂ ਬੜੇ ਠਾਣ ਬਾਣ ਦੇ ਨਾਲ 골ਡ ਵੀ ਫੜਦੇ ਨੇ 골ਡ ਲੇਡੀ ਕਿਹਾ ਜਾਂਦਾ ਹੈ थैंक यू ਸੋ ਮੱਚ ਬਹੁਤ ਬਹੁਤ ਸਵਾਗਤ ਜੀ ਆਨ ਬਰਨ ਮਾਨਜੀਤ थैंक यू ਸੋ ਮੱਚ ਤੁਹਾਡਾ ਨਜ਼ਰੀਆ ਦੇਖ ਕੇ ਬਹੁਤ ਚੰਗਾ ਲੱਗਿਆ ਔਰ ਸੋ ਦਸ਼ਕਾ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸასიਖਾਲ ਸੋ ਮੈਨੂੰ ਚੰਗਾ ਲੱਗਦਾ ਹੈ ਕਿ ਜਦੋਂ ਤੁਸੀਂ ਔਰਤਾਂ ਇੰਪਾਰਟਮੈਂਟ ਦੀ ਗੱਲ ਕਰਦੇ ਹੋ ਸੋ ਇਹ ਪ੍ਰੋਗਰਾਮ ਇਦਾਂ ਕਰਦੇ ਹੋ ਤੇ ਇੱਕ ਔਰਤਾਂ ਨੂੰ ਬੜਾ ਇੱਕ ਸੁਨੇਹਾ ਦੇਣ ਵਾਲੀ ਗੱਲ ਹੈ ਜੀ ਜੀ ਨਾਰੀ ਸਸ਼ਕਤੀਕਰਨ ਜੀ ਮਰਦ ਸਸ਼ਕਤੀਕਰਨ ਤਾਂ ਮੈਂ ਕਦੇ ਸੁਣਿਆ ਨਹੀਂ ਹੂੰ ਹੂੰ ਕੋਈ ਕਮਜ਼ੋਰ ਰਿਹਾ ਹੋਊਗਾ ਤਾਂ ਹੀ ਉਹਦੇ ਨਾਲ ਅਖਰ ਲਾਉਣਾ ਪਿਆ ਮਾਚੀ ਇਹਦੇ ਵਿੱਚ ਗੱਲ ਬੜੀ ਸਾਫ਼ ਹੈ ਕਿ ਮਰਦ ਸ਼ੁਰੂ ਤੋਂ ਜਿਹੜਾ ਹੈਗਾ ਸ਼ਕਤੀਸ਼ਾਲੀ ਰਿਹਾ ਸੋ ਉਸ ਨੂੰ ਸਸ਼ਕਤੀਕਰਨ ਹੋਰ ਕਰਨ ਦੀ ਜ਼ਰੂਰਤ ਨਹੀਂ ਔਰਤ ਹਮੇਸ਼ਾ ਪੁਰਾਤਨ ਜੀਵਨ ਚ ਵੀ ਦੇਖੀਏ ਤੇ ਮੇਸ਼ਾ ਲਤਾੜੀ ਗਈ ਉਹਨੂੰ ਕੋਈ ਰਾਈਟ ਇਹੋ ਜੇ ਨਹੀਂ ਦਿੱਤੇ ਗਏ ਕਿ ਉਹ ਖੁੱਲ ਕੇ ਬੋਲ ਸਕੇ ਆਪਣੇ ਤਰੀਕੇ ਨਾਲ ਰਹਿ ਸਕੇ ਆਪਣੇ ਤਰੀਕੇ ਨਾਲ ਕੋਈ ਕੰਮ ਕਰ ਸਕੇ ਸਮਾ ਬਦਲਿਆ ਤੇ ਉਸ ਦੇ ਨਾਲ ਸਰਕਾਰਾਂ এডਿਕੇਸ਼ਨ ਉਹਨਾਂ ਵਿੱਚ ਰੋਲ ਇੱਕ ਬੜਾ ਵੱਡਾ ਅਦਾ ਕੀਤਾ ਜਿੱਤੇ ਵਿੱਚ ਉਹਨਾਂ ਨੇ ਵਿਚਾਰ ਕੀਤਾ ਕਿ ਔਰਤ ਨੂੰ ਵੀ ਜਿਹੜਾ ਹੈਗਾ ਮਰਦ ਦੇ ਬਰਾਬਰ ਅ ਰਾਈਟ ਮਿਲਨੇ ਚਾਹੀਦੇ ਤੇ ਜਦੋਂ ਸਤੀ ਪ੍ਰਥਾ ਖਤਮ ਹੋਈ ਸੋ ਅ ਤਰਮਾ ਦੇ ਵਿੱਚ ਵੀ ਔਰਤਾਂ ਨੂੰ ਜਿਹੜਾ ਹੈਗਾ ਕੁਝ-ਕੁਝ ਪ੍ਰਤਸਾਹਨ ਦਿੱਤਾ ਗਿਆ ਸੋ ਉਹਦੇ ਨਾਲ ਮੈਂ ਸਮਝਦੀ ਆ ਕਿ ਔਰਤਾ ਜਿਹੜਾ ਹੈਗਾ ਸਸ਼ਕਤੀਕਰਨ ਕਰਕੇ ਬਾਈ 올 ਮੀਨਸ এডਿਕੇਸ਼ਨ ਹੋ ਸਕਦਾ ਉਹਨੂੰ ਸਮਾਜ ਦੇ ਵਿੱਚ ਕੰਮ ਕਰਨ ਦੇ ਮੌਕੇ ਹੋ ਸਕਦੇ ਆ ਉਹਨੂੰ ਪਰਿਵਾਰ ਦੇ ਵਿੱਚ ਰਿਪਰੈਜ਼ੈਂਟ ਕਰਨ ਦੇ ਮੌਕੇ ਹੋ ਸਕਦੇ ਨੇ ਉਹਨੂੰ ਸਮਾਜ ਨੂੰ ਰਿਪਰੈਜ਼ੈਂਟ ਕਰਨ ਦੇ ਮੌਕੇ ਹੋ ਸਕਦੇ ਉਹ ਪੋਲਿਟੀਕਲ ਹੋਵੇ ਜਾਂ ਧਾਰਮਿਕ ਹੋਵੇ ਇਹਨਾਂ ਕਾਰਨ ਕਰਕੇ ਜਿਹੜਾ ਇਹ ਸਸ਼ਕਤੀਕਰਨ ਕਰਨਾ ਇਸ ਕਰਕੇ ਕਿ ਉਹ ਵੀ ਮਰਦ ਦੇ ਬਰਾਬਰ ਬੈਠ ਕੇ ਸੋਸ਼ਲ ਇਕਨੋਮਿਕ ਤੇ ਸਮਾਜ ਦੇ ਵਿੱਚ ਆਪਣੇ ਪੂਰੇ ਰਾਈਟ ਲੈ ਸਕੇ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਔਰਤ ਸਸ਼ਕਤੀਕਰਨ ਹੈ ਨਾਰੀ ਸਸ਼ਕਤੀਕਰਨ ਜਿਸ ਨੂੰ ਆਪਾਂ ਇੱਕ ਟੈਕਨੀਕਲੀ ਵਰਡ ਦਿੱਤਾ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵੀ ਕਈ ਕਦੇ ਕਦੇ ਹੱਲੇ ਵੀ ਲੱਗਦਾ ਹੈ ਕਿ ਥੋੜਾ ਉਲਝੀ ਹੋਈ ਚੀਜ਼ ਹੈ ਇੱਕ ਪਾਸੇ ਤਾਂ ਦੇਖਣ ਨੂੰ ਬਹੁਤ ਤਰੱਕੀ ਹੋ ਗਈ ਹੈ ਹਨਾ ਹੁਣੀ ਵੀ ਚਾਹੀਦੀ ਹੈ ਦੂਜੇ ਪਾਸੇ ਕਦੇ ਕਦੇ ਇਦਾਂ ਲੱਗਦਾ ਹੈ ਕਿ ਓਨੀ ਚੇਤਨਾ ਓਨੀ ਜਾਗਰੂਕਤਾ ਅਜੋਕੇ ਦੌਰ 'ਚ ਤੁਸੀਂ ਨਾਰੀ ਸਸ਼ਕਤੀਕਰਨ ਨੂੰ ਹੱਲੇ ਕਿੱਥੇਕ ਦੇਖਦੇ ਹੋ ਦੇਖੋ ਲਫਜ਼ਾਂ ਦੇ ਵਿੱਚ ਜਾਂ ਕਾਨੂੰਨ ਬਣਾਉਣ ਦੇ ਨਾਲ ਜਾਂ ਸਰਕਾਰਾਂ ਦੇ ਇਹ ਇਹ ਮੈਸੇਜ ਦੇਣ ਦੇ ਨਾਲ ਔਰਤ ਦਾ ਸਸ਼ਕਤੀਕਰਨ ਨਹੀਂ ਹੋਇਆ ਜਦ ਤੱਕ ਔਰਤ ਆਪ ਜਿਹੜੀ ਹੈਗੀ ਆਪਣੇ ਤੌਰ ਦੇ ਉੱਤੇ ਆਪਣਾ ਆਪਣਾ ਸਰੂਪ ਆਪਣਾ ਅੰਦਰਲੀ ਤਾਕਤ ਜੋ ਜਾਨੀ ਸ਼ਕਤੀ ਹੈ ਉਹ ਆਪਣੇ ਆਪ ਹੀ ਸਮਝਦੀ ਤਤਕ ਇਹ ਨਹੀਂ ਹੋ ਸਕਦਾ ਦੂਸਰੇ ਪਾਸੇ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਕਾਗਜ਼ਾਂ ਦੇ ਵਿੱਚ ਸਰਕਾਰੀ ਤੌਰ ਤੇ ਪਈ ਔਰਤਾਂ ਨੂੰ ਕੀ ਰਾਈਟ ਦਿੱਤੇ ਗਏ ਨੇ ਉਹਨਾਂ ਨੂੰ ਸਿਰਫ ਪੂਰਾ ਕੀਤਾ ਜਾਂਦਾ ਰਿਹਾ ਉਸ ਤੇ ਅੱਜ ਤੱਕ ਆਡਿਟਿੰਗ ਨਹੀਂ ਹੋਈ ਜੀ ਆਡਿਟਿੰਗ ਹੋਵੇ ਤੇ ਮੈਂ ਸਮਝਦੀ ਆ ਕਿ ਕਿੰਨੇ ਪਰਸੈਂਟ ਦਿਸ ਪ੍ਰੋਗਰਾਮ ਵਾਸ ਮਤਲਬ ਫਰਸ ਡਿਜ਼ਾਈਨਡ ਬਾਈ ਦਾ ਗਵਰਨਮੈਂਟ ਸੋ ਉਹਦੇ ਵਿੱਚ ਕਿੰਨੇ ਪਰਸੈਂਟ ਜਿਹੜਾ ਹੈਗਾ ਉਹ ਇੰਪਲੀਮੈਂਟ ਹੋਇਆ ਕਿੰਨੀਆਂ ਔਰਤਾਂ ਨੂੰ ਚੁਸ਼ਕਤੀਕਰਨ ਦੇ ਤੌਰ ਤੇ ਬਾਹਰ ਆਈਆਂ ਵੱਖਰੀ ਗੱਲ ਹੈ ਕਿ ਜਦੋਂ ਸਾਡੇ ਬੱਚਿਆਂ ਦੇ ਜਾਂ ਸਾਡੇ ਫੋਰਨ ਦੇ ਵਿੱਚ ਜਾ ਕੇ ਪੜਨ ਦੇ ਮੌਕੇ ਮਿਲੇ ਉੱਥੇ ਜਾ ਕੇ ਜਦੋਂ ਕੰਪੇਅਰ ਕੀਤਾ ਬਲ ਬਗਾਨੇ ਮੁਲਕ ਦੀਆਂ ਔਰਤਾਂ ਐਸਾ ਕਰ ਰਹੀਆਂ ਤੇ ਮੈਂ ਸਮਝਦੀ ਆ ਕਿ ਨਕਲ ਮਾਰ ਕੇ ਸਾਡੀਆਂ ਔਰਤਾਂ ਨੇ ਭਾਵੇਂ ਥੋੜਾ ਆਪਣੇ ਜਿਹੜੇ ਹੈਗਾ ਸ਼ਕਤੀਕਰਨ ਜਿਹੜਾ ਕੀਤਾ ਸਰਕਾਰ ਆਂ ਨੀਆਂ ਪਾਲਿਸਿਸ ਦੇ ਵਿੱਚ ਜਿਹੜਾ ਹੈਗਾ ਜਦ ਤੱਕ ਆਡਿਟਿੰਗ ਨਹੀਂ ਹੋਏਗੀ ਤਦ ਤੱਕ ਉਹ ਸਿੱਧੇ ਸਿੱਧੇ ਸਰੂਪ ਚ ਸ਼ਕਤੀਕਰਨ ਦੇ ਬਾਹਰ ਨਹੀਂ ਚਲੋ ਇੱਕ ਆਪਾਂ ਆਮ ਜ਼ਿੰਦਗੀ ਦੀ ਗੱਲ ਕਰਦੇ ਆ ਹਨਾ ਥੋੜੀ ਨਾਰਮਲ ਜ਼ਿੰਦਗੀ ਦੇ ਵਿੱਚ ਹੋਣਾ ਜਾਂਦੇ ਆ ਪਹਿਲੇ ਸਮਿਆਂ 'ਚ ਤਾਂ ਬਹੁਤ ਹੀ ਚਲੋ ਬਹੁਤ ਹੀ ਜ਼ਿਆਦਾ ਹੁੰਦਾ ਸੀਗਾ ਕਿ ਕੁੜੀ ਹੋਣੀ ਨਹੀਂ ਦੇਣੀ ਜੇ ਹੋ ਗਈ ਤਾਂ ਉਹਦੇ ਨਾਲ ਕੁਝ ਨਾ ਕੁਝ ਤਰੀਕੇ ਦੇ ਨਾਲ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਆਪਾਂ ਜੋਕ ਕੇ ਦੌਰ ਦੀ ਗੱਲ ਕਰ ਰਹੇ ਆ ਹੱਲੇ ਵੀ ਬੱਚਿਆਂ ਦੇ ਪੈਦਾ ਹੋਣ ਤੋਂ ਪਹਿਲਾਂ ਤੇ ਉਹਨਾਂ ਦੇ ਬਚਪਨ ਦੇ ਵਿੱਚ ਬਿਤਕਰੇ ਇਤਨਾ ਕਿਤੇ ਦੇਖਣ ਨੂੰ ਮਿਲ ਜਾਂਦੇ ਆ ਜਦੋਂ ਅਸੀਂ ਕਹਿ ਦਿੰਦੇ ਆ ਕਿ ਹੁਣ ਫਰਕ ਨਹੀਂ ਰਿਹਾ ਆਮ ਤੌਰ ਤੇ ਬਹੁਤੇ ਘਰਾਂ ਚ ਮਿਲਦਾ 80% ਚਲੋ ਖਤਮ ਹੋ ਗਿਆ ਹੋਵੇਗਾ ਪਰ ਹੱਲੇ ਵੀ 20 30% ਕਿਤੇ ਨ ਕਿਤੇ ਦੇਖਣ ਨੂੰ ਮਿਲਦਾ ਬਚਪਨ ਤੋਂ ਪਹਿਲਾਂ ਕਿਉਂਕਿ ਜੇ ਨਾ ਹੋਣਾ ਹੋਵੇ ਜਨਮ ਤੋਂ ਪਹਿਲਾਂ ਤੇ ਫਿਰ ਲੋਕ ਫਲ ਫਰੂਟ ਮੁੰਡੇ ਲੈਣ ਲਈ ਕੱਲ੍ਹ ਹੀ ਲੈਣ ਜਾਣ ਬਿਲਕੁਲ ਠੀਕ ਹੈ ਮੈਂ თვითਨ ਮੈਂ ਇਹ ਕਹਿਣਾ ਚਾਹਾਂਗੀ ਕਿ ਸਮੇਂ ਦੀ ਮੈਨੂੰ ਜਿੰਨਾ ਕਿ ਮੈਂ ਸਮਾਜ ਮੈਂ ਸਮਾਜ ਸੇਵਕਾ ਵੀ ਰਹੀ ਸੋ ਮੈਨੂੰ ਬਹੁਤ ਮੌਕੇ ਮਿਲੇ ਸਮਾਜ ਦੇ ਵਿਚਰਨ ਦੇ ਵਿੱਚ ਅਧਾਰਮਿਕ ਜਥੇਬੰਦੀਆਂ ਦੇ ਵਿੱਚ ਯੂਥ ਵਿੱਚ ਵਿਦਾਂ ਵਿੱਚ ਵਿੱਚ ਰਹਿੰਦੇ ਸੋ ਬੀਂਗ ਐਡਵੋਕੇਟ ਵੀ ਲੋਗਾ ਚ ਰਹਿੰਦੇ ਮੈਂ ਮਹਿਸੂਸ ਕੀਤਾ ਕਿ ਜਦੋਂ ਪਹਿਲੀ ਔਰਤ ਸੀ ਉਹਦਾ ਜਦੋਂ ਘਰ ਦੇ ਵਿੱਚ ਉਹਦੇ ਘਰ ਦੋ ਕੁੜੀਆਂ ਹੋ ਜਾਂਦੀ ਸੀ ਉਹਦਾ ਉਹਦਾ ਮਾਣ ਖਤਮ ਹੋ ਜਾਂਦਾ ਸੀ ਉਹਦਾ ਸਨਮਾਨ ਖਤਮ ਹੋ ਜਾਂਦਾ ਸੀ ਤੇ ਮੈਂ ਸਮਝਦੀ ਆਂ ਵੀ ਉਹ ਹਰ ਵਾਰੀ ਇਹ ਸੋਚਦੀ ਸੀ ਕਿ ਮੇਰੇ ਕੁੜੀ ਨਾ ਹੋਵੇ ਜਿਹਦੇ ਮੁੰਡਾ ਹੁੰਦਾ ਸੀ ਘਰ ਦੇ ਵਿੱਚ ਦੋ ਦਰਾਨੀ ਜਠਾਣੀ ਨੇ ਸੋ ਜੋ ਪਰਿਵਾਰ ਦੇ ਪਰਿਵਾਰ ਦੇ ਵਿੱਚ ਜਿਹਦੇ ਮੁੰਡੇ ਹੁੰਦੇ ਸੀ ਉਹਦਾ ਸਤਕਾਰ ਹੁੰਦਾ ਸੀ ਜਿਹਦੀਆਂ ਕੁੜੀਆਂ ਹੁੰਦੀਆਂ ਸੀ ਹਮੇਸ਼ਾ ਉਹ ਡੀ ਮੋਟੀਵੇਟਾਈਜ਼ ਫੀਲ ਕਰਦੀ ਸੀ ਸਮਾ ਬਦਲਿਆ ਉਸ ਤੋਂ ਬਾਅਦ ਔਰਤਾਂ ਜਿਹੜੀਆਂ ਜਿਹੜੀਆਂ ਹੈਗੀਆਂ ਇਸ ਗੱਲ ਲਈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਮੈਂ ਔਰਤਾਂ ਤੇ ਮੈਂ ਕਿਸੇ ਔਰਤ ਨੂੰ ਜਨਮ ਦੇਣਾ ਜਦੋਂ ਮਾਵਾਂ ਨੇ ਹੌਸਲੇ ਕੀਤੇ ਤੇ ਅੱਜ ਤੱਕ ਅਸੀਂ ਦੋਨੋਂ ਪੈਣਾ ਬੈਠੀਆਂ ਇੱਥੇ ਤੇ ਮੈਨੂੰ ਜਾਪਦਾ ਹੈ ਕਿ ਸਾਡੀਆਂ ਮਾਵਾਂ ਨੇ ਸਾਨੂੰ ਸਾਨੂੰ ਪੈਦਾ ਕਰਨ ਤੋਂ ਬਾਅਦ ਇਹ ਮਾਣ ਮਹਿਸੂਸ ਕੀਤਾ ਹੋਵੇਗਾ ਕਿ ਇਹ ਸਾਡੀਆਂ ਬੱਚੀਆਂ ਕੁਝ ਕਰ ਸਕਦੀਆਂ ਨੇ ਸੋ ਸਮਾਂ ਬਦਲ ਰਿਹਾ ਹੈ ਜੀ ਤੇ ਬਚਪਨ ਤੋਂ ਬਾਅਦ ਫਿਰ ਹੋ ਜਾਂਦਾ ਹੈ ਕਿ ਬੱਚੀਆਂ ਦੇ ਬਚਪਨ ਛੋਟਾ ਛੋਟਾ ਜਿਹਾ ਬੀਤਿਆ ਪਰ ਫਿਰ ਇਹ ਹੋਣ ਲੱਗ ਜਾਂਦਾ ਕਿ ਕੁੜੀਆਂ ਇਹਨੂੰ ਕੁੜੀਆਂ ਦੇ ਸਕੂਲ ਪਾਓ ਕਦੇ ਬਹੁਤ ਘੱਟ ਹੋਣਗੇ ਮੁੰਡਿਆਂ ਦੇ ਇਕੱਲੇ ਸਕੂਲ ਹੋਣਗੇ ਕੁੜੀਆਂ ਦੇ ਜ਼ਿਆਦਾ ਕੱਲੀਆਂ ਦੇ ਸਕੂਲ ਹੁੰਦੇ ਆ ਇੱਥੇ ਆ ਕੇ ਵੀ ਵਿਵਤਕਰੇ ਸ਼ੁਰੂ ਹੋ ਜਾਂਦੇ ਮੈਂ ਕਿਸੇ ਸੱਜਣ ਦੀ ਸਪੀਚ ਸੁਣ ਰਹੀ ਸੀ ਉਹ ਆਮ ਤੌਰ ਤੇ ਬੱਚੀਆਂ ਦੇ ਵਿੱਚ ਵਿਚਰਦੇ ਆ ਉਹ ਕਹਿੰਦੇ ਕਿ ਮੈਂ ਹੈਰਾਨ ਰਹਿ ਗਿਆ ਕਿ ਅੱਜ ਦੇ ਸਮੇਂ 'ਚ ਵੀ ਇਹ ਕੁਝ ਹੁੰਦਾ ਹੋਇਆ ਕੀ ਫਿਰ ਇਹਦੇ ਨਾਲ ਮੇਰਾ ਸਵਾਲ ਜੁੜੇਗਾ ਕਹਿੰਦੇ ਕਿ ਸਕੂਲ ਦੇ ਵਿੱਚ ਕਿਤੇ ਪ੍ਰੇਅਰ ਚੱਲ ਰਹੀ ਹੈ ਬੱਚੀ बेहोश ਹੋ ਕੇ गिर ਜਾਂਦੀ ਹੈ ਉਹਨੂੰ ਪੁੱਛਿਆ ਕੀ ਹੋਇਆ ਉਹ ਕਹਿੰਦੇ ਸਾਡੇ ਨਾਲ ਘਰ 'ਚ ਗਰੀਬੀ ਬਹੁਤ ਆ ਮੈਨੂੰ ਖਾਣ ਨੂੰ ਘੱਟ ਮਿਲਦਾ ਤੇ ਮੰਮੀ ਭਰਾ ਨੂੰ ਜ਼ਿਆਦਾ ਖਵਾ ਦਿੰਦੀ ਹੈ ਇਹ ਗੱਲ ਸੱਚ ਹੈ ਪੁਰਾਣੀ ਜਮਾਨੇ 'ਚ ਸੁਣਿਆ ਕਰਦੇ ਸੀ ਪਰ ਹੁਣ ਵੀ ਸੁਣਨ ਨੂੰ ਮਿਲਦੀ ਹੈ ਮਾਮਾ ਜਦੋਂ ਚੌਂਕੇ 'ਚ ਬੈਠਦੇ ਸੀ ਤੇ ਪਹਿਲਾਂ ਮੁੰਡਿਆਂ ਨੂੰ ਆਵਾਜ਼ ਮਾਰਦੇ ਸੀ ਵੀ ਆਓ ਵੀ ਭੈਲੇ ਤੁਸੀਂ ਰੋਟੀ ਖਾ ਲਓ ਤੇ ਉਹ ਘਰਾਂ ਦੇ ਵਿੱਚ ਪੁਰਾਣੇ ਪਿੰਡਾਂ ਦੇ ਜਮਾਨੇ ਜਿਵੇਂ ਮੈਂ ਬਚਪਨ 'ਚ ਆਪਣੇ ਨਾਨਕਿਆਂ ਦਾਦਕਿਆਂ ਦੇ ਪਿੰਡਾਂ 'ਚ ਦੇਖਦੀ ਸੀ ਆ ਮੱਖਣ ਬਣਾਇਆ ਹੁੰਦਾ ਸੀ ਤੇ ਪਹਿਲਾਂ ਸੋਚਦੇ ਸੀ ਕਿ ਮੁੰਡੇ ਨੂੰ ਖੋਇਆ ਜਾਵੇ ਇਹ ਕਰਦਾ ਸਾਡਾ ਮੋਢਿਆ ਇੰਨੇ ਸਾਡੇ ਘਰ ਦੀ ਜਿਹੜੀ ਅਣਸ ਚਲਾਉਣੀ ਹੈ ਤੇ ਕੁੜੀ ਨੂੰ ਕਿ ਉਸ ਉਸ ਵੇਲੇ ਕੰਮ ਲਾਇਆ ਜਾਂਦਾ ਸੀ ਇਹ ਵੀ ਨਹੀਂ ਕੀਤਾ ਜਾਂਦਾ ਸੀ ਕਿ ਉਹ ਸਾਹਮਣੇ ਬੈਠ ਕੇ ਦੇਖ ਵੀ ਸਕੇ ਪਰ ਸਮਾਂ ਬਦਲ ਗਿਆ ਉਹ ਸਮੇਂ ਨਹੀਂ ਰਹੀ ਬਿਲਕੁਲ ਔਰ ਕਈ ਵਾਰੀ ਹੁੰਦਾ ਕਿ ਇਹ ਚੀਜ਼ਾਂ ਆਪਣੇ ਘਰਾਂ ਚ ਨਹੀਂ ਦੇਖੀਆਂ ਜਦੋਂ ਕਿਸੇ ਤੋਂ ਸੁਣਦੇ ਆ ਥੋੜਾ ਅਜੀਬ ਲੱਗਦਾ ਮੈਨੂੰ ਉਦੋਂ ਵੀ ਅਜੀਬ ਲੱਗਦਾ ਹੈ ਹਰਦੀਪ ਕੌਰ ਜੀ ਜਦੋਂ ਕੋਈ ਤਿਹਾਰ ਹੈ ਜਾਂ ਕੋਈ ਫੈਸਟੀਵਲ ਦੇ ਨਾਲ ਨਾਲ ਕੋਈ ਰਸਮਾਨੇ ਰਿਵਾਜ ਨੇ ਕਰਾਂਦੇ ਹਨ ਹਮੇਸ਼ਾ ਮੁੰਡਿਆਂ ਨੂੰ ਮੋਹਰੇ ਰੱਖ ਕੇ ਕੀਤੇ ਜਾਂਦੇ ਆ ਹੁਣ ਉਦਾਹਰਨ ਦੇ ਤੌਰ ਤੇ ਜਿਹੜੀ ਰਖੜੀ ਆ ਭਰਾਈ ਭੈਣ ਦੀ ਰੱਖਿਆ ਕਰ ਸਕਦਾ ਭੈਣ ਭਰਾ ਦੀ ਰੱਖਿਆ ਨਹੀਂ ਕਰ ਸਕਦੀ ਇਦਾਂ ਕਿਉਂਕਿ ਮੈਂ ਬਹੁਤ ਸਾਰੀਆਂ ਭੈਣਾਂ ਦੇਖੀਆਂ ਨੇ ਜਿਹੜੀਆਂ ਪਰਿਵਾਰ ਨੂੰ ਚਲਾਉਂਦੀਆਂ ਨੇ ਲਤਾ ਮੰਗੇਸ਼ਕਰ ਹੁਣਾਂ ਦੀ ਐਗਜ਼ਾਮਪਲ ਦੇਣਾ ਚਾਹੂੰਗੀ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਪਾਲਿਆ ਆਪਣੇ ਫਾਦਰ ਸਾਹਿਬ ਤੋਂ ਬਾਅਦ ਹੈ ਨਾ ਤੇ ਸੋ ਹਮੇਸ਼ਾ ਸਾਡੇ ਫਿਰ ਜਿੱਦਾਂ ਲੋਹੜੀ ਆ ਜਾਂਦੀ ਸੀ ਹੁਣ ਸਮਾਜ ਬਦਲਿਆ ਇਹ ਰੀਤੀ ਰਿਵਾਜ ਔਰਤ ਦਾ ਸਮਾਜ ਦੇ ਪ੍ਰਤੀ ਕੀ ਰਵਈਆ ਪੈਦਾ ਕਰਦੇ ਐ ਔਰ ਇਹਨਾਂ ਸਭ ਰੀਤੀ ਰਿਵਾਜਾਂ ਦਾ ਜਿਹਦੇ ਵਿੱਚ ਮਰਦ ਨੂੰ ਹੁੰਡੇ ਨੂੰ ਮੋਰੇ ਰੱਖਿਆ ਜਾਂਦਾ ਔਰਤ ਦੇ ਉੱਤੇ ਕੀ ਅਸਰ ਪਾ ਦਿੰਦੇ ਐ ਦੀ ਅਰਥ ਦੀ ਮਾਨਸਿਕਤਾ ਜਿਹੜੀ ਹੈਗੀ ਉਹਦੇ ਵਿੱਚ ਬਹੁਤ ਵੀਕ ਹੁੰਦੀ ਹੈ ਜੇ ਤੁਸੀਂ ਪੁਰਾਣੇ ਜ਼ਮਾਨੇ 'ਚ ਦੇਖੋ ਕਿ ਜਦੋਂ ਮੁੰਡਿਆਂ ਨੂੰ ਰਖੜੀ ਦੇ ਉੱਤੇ ਜਾਂ ਲੋਹੜੀਆਂ ਪਾਈਆਂ ਜਾਂਦੀਆਂ ਸੀ ਤੇ ਕੁੜੀਆਂ ਹਮੇਸ਼ਾ ਬੜੀਆਂ ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਮਨਚ ਗੱਲ ਚੱਲਦੀ ਹੁੰਦੀ ਸੀ ਅਸੀਂ ਵੀ ਮੁੰਡਾ ਹੁੰਦੇ ਪਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਤੁਸੀਂ ਲਤਾ ਮਗੇਸ਼ਕਰ ਜੀ ਦੀ ਗੱਲ ਕੀਤੀ ਮੈਂ ਆਪਣੇ ਪਿਤਾ ਜੀ ਤੋਂ ਬਾਅਦ ਮੇਰੇ ਪਿਤਾ ਜੀ ਛੋਟੀ ਉਮਰ ਦੇ ਮੈਂ ਬਹੁਤ ਛੋਟੀ ਸੀ ਤੇ ਵਿਛੜ ਗਏ ਕਿਸੇ ਕਾਰਨ ਪਰ ਮੈਂ ਸਮਝਦੀ ਹਾਂ ਕਿ ਜਦੋਂ ਮੈਂ ਬਹੁਤ ਜ਼ਿਆਦਾ ਪੜ੍ਹਾਈ ਕੀਤੀ, ਜੌਬ ਕੀਤੀ, ਬਿਜ਼ਨਸ ਕੀਤਾ, ਸਮਾਜ ਸੇਵਾ ਕੀਤੀ, ਜਰਨਲਿਜ਼ਮ ਕੀਤੀ ਮੇਰਾ خیال ਜਦੋਂ ਮੇਰੇ ਨਾਲ ਮੇਰੀਆਂ ਬਹੁਤ ਸਾਰੀਆਂ ਦੋਸਤਾਂ ਹੋ ਜੀਆਂ ਸੀਗੀਆਂ ਅਸੀਂ ਜਿਹੜੇ-ਜਿਹੜੇ ਫੀਲਡ ਵਿੱਚ ਵੀ ਨਿਕਲੀਆਂ ਤੇ ਜਦੋਂ ਇੱਕ ਐਗਜ਼ਾਮਪਲ ਬਣੀਆ ਤੇ ਸ਼ਾਇਦ ਮੈਂ ਸਨ ਲੋਗਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਮੈਂ ਬਹੁਤ ਦੇਖਦੀ ਸਮਾਂ ਬਦਲ ਚੁੱਕਾ ਹੈ ਤੇ ਅੱਜ ਜਿਹੜੀਆਂ ਔਰ ਜਿਹੜੀਆਂ ਕੁੜੀਆਂ ਜੇ ਕੋਈ ਜੇ ਕੋਈ ਪੁਲਿਸ ਆਫੀਸਰ ਨੇ ਜੇ ਕੋਈ ਡਿਫੈਂਸ ਵਿੱਚ ਹੈ ਆਮ ਵਰਕਿੰਗ ਇਨ ਅਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਔਰ ਬਹੁਤ ਵਾਰੀ ਮੈਨੂੰ ਚੰਗਾ ਲੱਗਦਾ ਕਿ ਕਈ ਮੇਰੀ ਕਜ਼ਨਸ ਜਾਂ ਮੇਰੀਆਂ ਸਿਸਟਰਸ ਆ ਤੇ ਉਹ ਮੈਨੂੰ ਰਖੜੀ ਬੰਨ੍ਹਦੀਆਂ ਤੇ ਮੈਨੂੰ ਚੰਗਾ ਲੱਗਦਾ ਹਾਂ ਸੋ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਹੁਣ ਸਮਾਂ ਬਦਲ ਗਿਆ ਹੈ ਤੇ ਸ਼ਾਇਦ ਬਹੁਤਾ ਇਹਨਾਂ ਤਿਉਹਾਰਾਂ ਦਾ ਬਹੁਤਾ ਐਮੀਅਤ ਵੀ ਮੇਰੇ ਕੱਲ ਨਹੀਂ ਦਿੱਤੇ ਜਾਂਦੇ ਜੌਬ ਦੀ ਗੱਲ ਕੀਤੀ ਹੈ ਕਿ ਤੁਸੀਂ ਇਸ ਡਿਪਾਰਟਮੈਂਟ ਚ ਹਨਾ ਤੁਸੀਂ ਮਤਲਬ ਕਿ ਨਾਲ ਦੇ ਨਾਲ ਪੜੇ ਵੀ ਜੌਬ ਵੀ ਕੀਤੀ ਬੜਾ ਕੁਝ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ ਤੁਸੀਂ ਇੱਕ ਔਰੰਗ ਦੇ ਤੌਰ ਤੇ ਕਿੰਨੇ ਉਤਰਾ ਚੜਾ ਦੇਖੇ ਹੇ ਦੇਖੋ ਇਹ ਗੱਲ ਬੜੀ ਪੱਕੀ ਹੈ ਕਿ ਜਦੋਂ ਕੋਈ ਔਰਤ ਕਰੋਬਾਰ ਨਿਕਲਦੀ ਹੈ ਸਮਾਜ ਦਾ ਨਜ਼ਰੀਆ ਵੱਖਰਾ ਵੱਖਰਾ ਹੁੰਦਾ ਹੈ ਸੋ ਜੇ ਤੁਸੀਂ ਖੜੀ ਹੋ ਕੇ ਉਸ ਨਜ਼ਰੀਏ ਨੂੰ ਸੁਣਨਾ ਤੇ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦੋਗੇ ਤੇ ਮੈਂ ਸਮਝਦਾ ਤੁਸੀਂ ਆਪਣੀ ਮੰਜ਼ਿਲ ਨਹੀਂ ਹਾਸਲ ਕਰ ਸਕਦੇ ਮੇਰੇ ਬਾਬਾ ਜੀ ਅਕਸਰ ਕਹਿੰਦੇ ਸੀ ਕਿ ਜਦੋਂ ਕੋਈ ਚੱਕੀ ਪੀਂਦੀ ਹੈ ਨਾ ਜੇ ਚੱਕੀ ਪੀਣ ਵਾਲੀ ਔਰਤ ਮੁੜ ਮੁੜ ਕੇ ਦੇਖੀ ਜਾਏ ਨਾ ਸਜੇ ਕੱਬੇ ਤੇ ਉਹਦੇ ਦਾਣੇ ਵੀ ਸਜੇ ਉਹ ਪਾਉਂਦੇ ਪਾਉਂਦੇ ਸਜੇ ਕੱਬੇ ਡਿੱਗ ਜਾਂਦੇ ਨੇ ਸੋ ਜੀਵਨ ਦੀ ਜਦੋਂ ਦੌੜ ਦੌੜਨੀ ਹੈ ਤੇ ਮੈਂ ਸਮਝਦਾ ਇਹ ਨਾ ਗੱਲਾਂ ਵਿਚਾਰ ਨਹੀਂ ਕਰਨਾ ਚਾਹੀਦਾ ਸਮਾਜ ਕੁਝ ਵੀ ਕਹੇਗਾ ਤੁਹਾਡੇ ਦੇ ਨੇਕ ਹੋਣੀ ਚਾਹੀਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਸ ਜੀਨਸ ਤੋਂ ਪੈਦਾ ਹੋਏ ਹੋ ਤੁਹਾਡੀ ਕੀ ਡਿਊਟੀ ਤੁਹਾਡੇ ਤੁਹਾਡੇ ਪੇਰੈਂਟਸ ਦੀ ਤੁਹਾਡੀ ਆਪਣੀ ਆਇਡੈਂਟੀਟੀ ਬਣਾਉਣ ਲਈ ਤੁਸੀਂ ਕਿਹੜਾ ਮੁਕਾਮ ਹਾਸਲ ਕਰਨਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਸਮਝਦੀ ਆ ਕਿ ਬੜੀਆਂ ਛੋਟੀਆਂ ਨੇ ਇਹ ਸ਼ਾਇਦ ਉਹ ਲੋਕ ਹੀ ਇਹਨਾਂ ਤੇ ਵਿਚਾਰ ਕਰਦੇ ਨੇ ਜਿਨ੍ਹਾਂ ਨੇ ਖੜੀ ਹੋ ਕੇ ਫੈਸਲੇ ਲੜੇ ਹੁੰਦੇ ਇੱਕ ਰੇਸ ਦੌੜਨ ਵਾਲਾ ਮੈਂ ਸਮਝਦੀ ਆ ਉਹਦੇ ਕੋਲ ਜਿਹਨੇ ਰੇਸ ਅਚੀਵ ਕਰਨੀ ਆ ਸੋ ਉਹਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਖੜ ਕੇ ਦੇਖ ਕੇ ਮੈਨੂੰ ਕਿੰਨੇ ਲੋਕ ਤਾਲੀਆਂ ਬਜਾ ਰਹੇ ਨੇ ਤੇ ਕਿੰਨੇ ਲੋਕ ਮੈਨੂੰ ਸਟ੍ਰੇਂਜਲੀ ਦੇਖ ਰਹੇ ਨੇ ਉਹਦਾ ਸਿਰਫ ਮੁਕਾਮ ਹੈ ਉਸ ਉਸ ਜਗ੍ਹਾ ਤੱਕ ਪਹੁੰਚਣਾ ਸੋ ਆਈ ਥਿੰਕ ਸੋ ਤੁਸੀਂ ਕਹੇ ਮੇਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਵਿੱਚ ਮਾਂ-ਬਾਪ ਦੀ ਵੀ ਤੁਸੀਂ ਗੱਲ ਕੀਤੀ ਹੈ ਜੀ ਜੀ ਇੱਕ ਔਰਤ ਦੇ ਲਈ ਸਸ਼ਕਤ ਹੋਣ ਦੇ ਲਈ ਉਸ ਤੇ ਮਾਂ-ਬਾਪ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਬਣਦੀ ਹੈ ਕੀ ਕਹੋਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਸਸ਼ਕਤ ਕਰਨ ਦੀ ਗੱਲ ਜ਼ਿਕਰ ਕਹੀ ਸੀ ਮੈਂ ਸਮਝਦੀਆਂ ਕਿ ਜਿਹੜੀਆਂ ਮਾਵਾਂ ਜਿਹੜੇ ਬਾਪ ਆਪਣੇ ਬੱਚੀਆਂ ਨੂੰ ਛੋਟੀ ਉਮਰੇ ਏ ਨਹੀਂ ਗਿਆਨ ਦਿੰਦੇ ਕਿ ਤੂੰ ਆਪਣੇ ਜੀਵਨ ਲਈ ਆਪਣਾ ਕੰਮ ਕਰਕੇ ਅਸੀਂ ਤੇਰੇ ਨਾਲ ਹਮੇਸ਼ਾ ਨਹੀਂ ਨਿਭਣਾ ਸ਼ਾਇਦ ਹੋ ਸਕਦਾ ਤੇਰੇ ਭੈਣ ਭਰਾ ਚਾਚੇ ਬਾਬੇ ਨਾਲ ਨਹੀਂ ਨਿਭਣੇ ਇਸ ਗੱਲ ਨੂੰ ਪਰਫੁੱਲਤ ਨਹੀਂ ਕਰਦੇ ਸੋ ਮੈਂ ਸਮਝ ਨਹੀਂ ਆ ਉਹ ਕਿੰਨੀ ਅਮੀਰ ਬਾਪ ਦੀ ਵੀ ਬੇਟੀ ਹੋਵੇ ਉਹ ਜ਼ਿੰਦਗੀ ਚ ਗੁਲਾਮ ਰਹੇਗੀ ਸੋ ਮੈਂ ਆਪਣੀ ਐਗਜ਼ਾਮਪਲ ਦਿਆਂਗੀ ਮੇਰੇ ਬਾਬਾ ਜੀ ਮੇਰੇ ਪਿਤਾ ਜੀ ਹਮੇਸ਼ਾ ਇਹ ਗੱਲ ਦੀ ਜੇ ਕੋਰ ਪੋਲਿਟਿਕਲ ਹੋ ਬੈਠਦੇ ਸੀ ਜੇ ਇੰਡਸਟਰੀ ਚ ਬੈਠਦੇ ਸੀ ਸੋ ਉਹਨਾਂ ਨੇ ਮੈਨੂੰ ਇਨਵੋਲ ਰੱਖਿਆ ਸੋ ਮੈਨੂੰ ਬਹੁਤ ਜ਼ਿਆਦਾ ਮੈਨੂੰ ਜ਼ਿੰਦਗੀ ਦੇ ਵਿੱਚ ਪਿਤਾ ਜੀ ਬਾਬਾ ਜੀ ਦੇ ਜਾਣ ਤੋਂ ਬਾਅਦ ਕੋਈ ਐਹੋ ਜੀ ਐਡੀਬਿਟੀ ਮੈਨੂੰ ਆਫਤ ਜ਼ਿੰਦਗੀ ਨਹੀਂ ਲੱਗੀ ਮੈਨੂੰ ਲੱਗਿਆ ਇਟਸ ਅ ਟਾਈਮ ਮਾਈ ਫਾਦਰ ਹੈਜ਼ ਟ੍ਰੇਨਡ ਮੀ ਮਾਈ ਬਾਬਾ ਜੀ ਹੈਜ਼ ਟ੍ਰੇਨਡ ਮੀ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਟ੍ਰੇਨ ਕੀਤਾ ਪੂਰੇ ਤਰੀਕੇ ਨਾਲ ਮੈਨੂੰ ਟ੍ਰੇਨ ਕੀਤਾ ਅੱਜ ਮੈਨੂੰ ਸਮਾਜ ਨੂੰ ਉਹਦਾ ਸਰੂਪ ਦਿਖਾਉਣ ਦੀ ਜ਼ਰੂਰਤ ਆ ਐਗਜ਼ਾਮ ਮੇਰਾ ਹੋਣਾ ਸੋ ਮੈਂ ਸਮੇਂ ਦੀਆਂ ਜਿੰਨੀਆਂ ਔਰਤਾਂ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਨੇ ਜੀਵਨ ਦੇ ਵਿੱਚ ਮੈਂ ਸਮੇਂ ਦੀ ਨਕਲ ਮਾਰਨੀ ਕੋਈ ਬੁਰੀ ਗੱਲ ਨਹੀਂ ਹੁੰਦੀ ਕਿਸੇ ਦੀ ਕਾਪੀ ਕਰਨੇ ਕੋਈ ਬੁਰੀ ਗੱਲ ਨਹੀਂ ਹੈ ਸ਼ਾਇਦ ਮੈਂ ਵੀ ਬਹੁਤ ਲੋਕਾਂ ਦੀ ਕਾਪੀ ਕੀਤੀ ਹੈ ਮੇਰੇ ਕੈਰੈਕਟਰ ਵਿੱਚ ਬਹੁਤ ਸਾਰੀਆਂ ਉਹ ਔਰਤਾਂ ਦੀ ਝਲਕ ਤੁਹਾਨੂੰ ਨਜ਼ਰ ਆਊਗੀ ਜਿਹੜੀਆਂ ਦਬੰਗ ਹੋ ਕੇ ਸਮਾਜ ਲਈ ਲੜੀਆਂ ਸਮਾਜ ਭਾਵੇਂ ਪੋਲਿਟਿਕਸ ਕੀਤੀ ਭਾਵੇਂ ਪੁਲਿਸਿੰਗ ਜੌਬ ਕੀਤੀ ਭਾਵੇਂ ਬਿਜ਼ਨਸ ਕੀਤਾ ਮੇਰਾ ਕੈਰੈਕਟਰ ਮੈਂ ਆਪਣੀ ਉਦਾਹਰਨ ਦਿਆਂਗੀ ਬਹੁਤ ਸਾਰੀ ਔਰਤਾਂ ਆ ਮੈਂ ਜਿਹੜੀ ਆਗਾ ਵਧੂ ਔਰਤਾਂ ਨੇ ਉਹਨਾਂ ਨੂੰ ਮਿਕਸ ਕਰਕੇ ਬਣਿਆ ਸੋ ਮੇਰਾ ਇਹ ਸੁਣਿਆ ਇਹ ਕੋਈ ਬੜੀ ਵੱਡੀ ਗੱਲ ਨਹੀਂ ਕਿ ਮੈਂ ਬਹੁਤ ਕੁਝ ਕੀਤਾ ਸਿਰਫ ਇਹਦੇ ਚੋ ਇੱਕ ਦੂਜੇ ਤੋਂ ਲਰਨ ਕਰਨ ਵਾਲੀ ਗੱਲ ਹੈ ਮਿਸ ਮਾਨ ਤੁਸੀਂ ਬਹੁਤ ਕੁਝ ਆਪਣੀ ਆਪਣੀ ਗੱਲਾਂ ਸੁਣਾ ਰਹੇ ਸੀ ਉਹਦੇ ਵਿੱਚ ਮੈਂ ਮੈਂ ਇਹ ਚੈੱਕ ਕੀਤਾ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਵੀ ਮੈਂ ਲਰਨ ਕਰਦੀ ਪਈਆਂ ਸੋ ਅਸੀਂ ਪ੍ਰੋਗਰਾਮ ਵੀ ਦੇਨੇ ਤੁਹਾਡਾ ਸੁਣਿਆ ਲੋਕਾਂ ਕੋਲ ਜਾ ਰਿਹਾ ਜੀ ਸਰ ਹੁਣ ਮੈਮ ਹੈ ਨਾ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਉਪਲਬਧੀਆਂ ਇਹ ਉਹ ਹੈ ਨਾ ਸਾਰਾ ਕੁਝ ਆਪਾਂ ਗੱਲ ਕਰਦੇ ਔਰਤਾਂ ਦੀ ਆਮ ਤੌਰ ਤੇ ਦੇਖਣ ਚਾਹੁੰਦਾ ਹੈ ਕਿ ਔਰਤ ਨੂੰ ਫਿਲਮਾਂ ਦੀ ਗੱਲ ਕਰਦੇ ਆਪਾਂ ਗਾਣਿਆਂ ਦੀ ਗੱਲ ਕਰ ਰਿਹਾ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਔਰਤ ਦਾ ਇੱਕ ਮਕਾਮ ਸ਼ੁਰੂ ਤੋਂ ਘਟ ਰਿਹਾ ਫਿਰ ਹੌਲੀ 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 ਬਣਨਾ ਸ਼ੁਰੂ ਹੋਇਆ ਕਿਉਂਕਿ ਹਰ ਫੀਲਡ ਦੇ ਲਈ ਵੀ ਔਰਤ ਤੇ ਜਾਣ ਤੋਂ ਪਹਿਲਾਂ ਸਵਾਲ ਚੱਕੇ ਜਾਂਦੇ ਆ ਕਿ ਆਹ ਤੇਰੇ ਲਈ ਨਹੀਂ ਬਣੀ ਆਹ ਤੇਰੇ ਲਈ ਨਹੀਂ ਬਣੀ ਤੂੰ ਐਦਾਂ ਨਹੀਂ ਜਾਣਾ ਫਿਲਮਾਂ ਦੇ ਵਿੱਚ ਜਦੋਂ ਖੂਬਸੂਰਤੀ ਦੀ ਜ਼ਰੂਰਤ ਹੁੰਦੀ ਹੈ ਸੌਰੀ ਫਿਲਮ ਦੇ ਵਿੱਚ ਹੀਰੋ ਐਕਸ਼ਨ ਕਰਦਾ ਮਿਹਨਤ ਕਰਦਾ ਇਹ ਕਰਦਾ ਉਹ ਕਰਦਾ ਜਦੋਂ ਕਿਤੇ ਦਰਖਤਾਂ ਦੇ ਦਿਵਾਲੇ ਘੁੰਮਣਾ ਲਾ 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 ਕਰਨੀ ਹੈ ਉਦੋਂ ਕੁੜੀ ਆ ਜਾਂਦੀ ਹੈ ਕੀ ਉਹ ਕੇਵਲ ਇੱਕ ਹੁਸਨ ਗੁੱਡੀ ਬਣ ਕੇ ਰਹਿ ਗਈ ਹੈ ਹੁਸਨ ਗੁੱਡੀ ਦੀ ਤੁਸੀਂ ਗੱਲ ਕੀਤੀ ਤੇ ਮੈਨੂੰ ਕਈ ਵਾਰ ਲੱਗਦਾ ਹੈ ਪਹਿਲਾਂ ਪਹਿਲ ਹੁਸਨ ਗੁੱਡੀ ਕੁੜੀ ਸੀਗੀ ਕੋਈ ਸਮਾਸੀ ਪੰਜਾਬ ਦੇ ਵਿੱਚ ਇੱਕ ਗਿੱਧਾ ਪੰਗੜੇ ਤੇ ਕੋਈ ਕਲਚਰਲ ਗਰੁੱਪ ਬਣੇ ਵਿਆਵਸਾਤیں ਹੁੰਦੀਆਂ ਸੀ ਪਿੰਡਾਂ ਤੋਂ ਗਰੀਬ ਕਰਾਂਦੀਆਂ ਬੱਚੀਆਂ ਸੋ ਬੀਂਗ ਆਰਟਿਸਟ ਆਪਣੇ ਆਪ ਨੂੰ ਪਰਫਾਰਮ ਕਰਨੀਆਂ ਚਾਹੁੰਦੀਆਂ ਸੀ ਉਹਨਾਂ ਦੇ ਅੰਦਰ ਆਰਟ ਸੀ ਉਹ ਸੋਚਦੀਆਂ ਸੀ ਸਾਡੇ ਕੋਲ ਇਹ ਆਰਟ ਹੈ ਅਸੀਂ ਇਸ ਆਰਟ ਦੇ ਨਾਲ ਆਪਣੇ ਆਪ ਨੂੰ ਪਰਫੁੱਲਤ ਕਰ ਸਕਦੇ ਹਾਂ ਪਰ ਹੁੰਦਾ ਕੀ ਸੀ ਮੈਨੂੰ ਬੜਾ ਦਰਦ ਆਉਂਦਾ ਕਿਉਂਕਿ ਮੈਂ ਔਰਤਲੀ ਪੜ੍ਹੀ ਜਦੋਂ ਉਹਦਾ ਕਈ ਰੂਪ ਦੇਖਦੀਆਂ ਤੇ ਮੈਨੂੰ ਲੱਗਦਾ ਕਿ ਇੱਥੇ ਐਜੂਕੇਸ਼ਨ ਦੀ ਕਮੀ ਸੀ ਉਹਨੂੰ ਲੀਗਲ ਆਪਣੇ ਰਾਈਟ ਨਹੀਂ ਪਤਾ ਸੀ ਸੋ ਦੈਟਸ ਵਾਈ ਤੇ ਉਹਨਾਂ ਨੂੰ ਜਿਹੜੀਆਂ ਮਤਲਬ ਵਿਆਹਾਂ ਸ਼ਾਦੀਆਂ ਤੇ ਕਈ-ਕਈ ਘੰਟੇ ਨੱਚ ਕੇ ਜਿਹੜੀ ਕੁੜੀਓ ਚ ਖੂਬਸੂਰਤ ਹੁੰਦੀ ਸੀ ਉਹਨੂੰ ਅੱਗੇ ਰੱਖਿਆ ਜਾਂਦਾ ਸੀ ਤਾਂ ਕਿ ਇਹਦੇ ਨਾਲ ਸਾਡੀ ਟੀਮ ਦੀ ਇੱਕ ਵੈਲਿਊ ਬਣੀ ਰਹੇ ਸੋ ਹੁਣ ਜਿਹੜੀਆਂ ਪੰਜਾਬੀ ਫਿਲਮਾਂ ਆਈਆਂ ਉਹਦੇ ਵਿੱਚ ਔਰਤ ਦਾ ਇੱਕ ਰੂਪ ਬੜਾ ਖੂਬਸੂਰਤ ਦਿਖਾਇਆ ਗਿਆ ਐਜੂਕੇਸ਼ਨ ਦਿਖਾਈ ਗਈ ਚੰਗੀਆਂ ਫਿਲਮਾਂ ਜਿਹੜੀਆਂ ਹੈਗੀਆਂ ਨੇ ਉਹ ਇੱਕ ਜਨਤਾ ਤੱਕ ਇੱਕ ਮੈਸੇਜ ਪਹੁੰਚਾਉਣੀ ਆ ਕਿ ਇਹ ਇੱਕ ਬਿਊਟੀ ਦੀ ਗੁੱਡੀ ਨਹੀਂ ਹੈ ਸੋ ਤੁਸੀਂ ਬਹੁਤ ਸਾਰੀਆਂ ਪੰਜਾਬੀ ਪਿਕਚਰਾਂ ਦੇਖ ਲਓ ਖੈਰ ਮੈਂ ਤੇ ਪਿਕਚਰਸ ਬਹੁਤ ਘੱਟ ਦੇਖਦੀ ਹਾਂ ਜੀ ਸੋ ਇਹਦੇ ਬਾਵਜੂਦ ਵੀ ਮੈਨੂੰ ਲੱਗਦਾ ਹੈ ਕਿ ਇਹ ਇੱਕ ਇੱਕ ਮੈਸੇਜ ਵੀ ਹੈਗਾ ਇਹ ਪੁਰਾਣੀ ਗੱਲ ਹੈ ਕਿ ਉਹਨੂੰ ਗੁੱਡੀ ਸਮਝਿਆ ਜਾਂਦਾ ਸੀ ਬਿਊਟੀ ਦੀ ਅੱਜ ਔਰਤ ਸਸ਼ਕਤੀਕਰਨ ਹੋ ਚੁਕੀ ਹੈ ਇੰਪਾਵਰਡ ਹੋ ਚੁਕੀ ਹੈ ਉਹ ਦੇਖਦੀ ਕਿ ਮੇਰੇ ਨਾਲ ਦੀ ਔਰਤ ਅਫਸਰ ਵੀ ਹੈਗੀ ਮੇਰੇ ਨਾਲ ਦੀ ਔਰਤ ਡਿਫੈਂਸ ਵਿੱਚ ਵੀ ਹੈ ਮੇਰੇ ਨਾਲ ਦੀ ਔਰਤ ਪਾਇਲਟ ਵੀ ਹੈ ਤੇ ਮੈਨੂੰ ਜੋ ਰਾਈਟ ਉਹਨੂੰ ਮਿਲ ਰਿਹਾ ਤੇ ਮੇਰੇ ਕੋਲ ਕੱਟ ਐਜੂਕੇਸ਼ਨ ਜਾਂ ਕੱਟ ਛੋਟਾ ਬਿਜ਼ਨਸ ਹੋਣਗੇ ਰਾਈਟ ਮੇਰੇ ਕੋਲ ਵੀ ਹੋਉਣੇ ਸੋ ਸਮਾ ਬਦਲ ਗਿਆ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਆ ਜੀ ਜੇ ਤੁਹਾਡੇ ਤੋਂ ਕੁਝ ਹੱਕ ਜਾਣਨੇ ਹੋਣ ਜਿਨ੍ਹਾਂ ਬਾਰੇ ਔਰਤਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਅਜੋਕੇ ਦੌਰ ਦੇ ਵਿੱਚ ਉਹ ਕਿਹੜੇ-ਕਿਹੜੇ ਹੱਕ ਨੇ ਸੋ ਦੇਖੋ ਇੱਕ ਸਮਝ ਸੀਗਾ ਕਿ ਜਦੋਂ ਜਦੋਂ ਜਿਹੜਾ ਜਿਹੜੇ ਹੈਗੇ ਆ ਵੀ ਔਰਤਾਂ ਨੂੰ ਅੱਜ ਫ੍ਰੀਲੀ ਤੁਸੀਂ ਦੇਖੋ ਕੋਈ ਬਿਜ਼ਨਸ ਕਰਨ ਦਾ ਰਾਈਟ ਹੈ ਜੀ ਸੋਸ਼ੀਅਲੀ ਕਿਸੇ ਪਾਸੇ ਪੋਲਿਟਿਕਸ ਤੇ ਜਾਣ ਦਾ ਰਾਈਟ ਹੈ ਬਿਲਕੁਲ ਇੰਡਸਟਰੀ ਚ ਚਲਣ ਦਾ ਰਾਈਟ ਹੈ ਸੋ ਅੱਜ ਕਿਸੇ ਪਹਿਲੇ ਹੁੰਦਾ ਸੀ ਇੱਕ ਜਵਾਨਾ ਸੀ ਕਿ ਕਿਸੇ ਵੇਲੇ ਔਰਤ ਨੂੰ ਕੋਈ ਪ੍ਰੋਬਲਮ ਹੈ ਤਾਂ ਪਿੰਡ ਦਾ ਸਰਪੰਚ ਪ੍ਰਧਾਨ ਆ ਅਗੂ ਲਾਉਂਦੀ ਸੀ ਅੱਜ ਦੀ ਔਰਤਾਂ ਇਮ ਔਰਤ ਵਾਸਤੇ ਇੱਕ ਥਾਣੇ ਬਣੇ ਹੋਏ ਤੇ ਸੋ ਆਨਲਾਈਨ ਕਾਲਿੰਗ ਬਣੀ ਹੋਈ ਦੀ ਹੈ ਸੋ ਹਰ ਦਫ਼ਤਰਾਂ ਦੇ ਵਿੱਚ ਨੌਕਰੀ ਕਰਦੀ ਐਕਟ ਬਣਿਆ ਹੋਇਆ ਦਾ ਤਾਂ ਕਿ ਉਹਦੇ ਨਾਲ ਸੈਕਸਚੁਅਲ ਅਬਿਊਜ਼ ਜਾਂ ਹੇਰੈਸਮੈਂਟ ਨਾ ਹੋ ਸਕੇ ਠੀਕ ਹੈ ਇਹ ਬਹੁਤ ਸਾਰੇ ਰਾਈਟ ਹੈ ਵੀ ਹੈਵ ਟੂ ਅੰਡਰਸਟੈਂਡ ਆਲ ਕਹਿੰਦੇ ਜਦੋਂ ਜਦੋਂ ਜ਼ਿੰਦਗੀ ਚ ਬੰਦੇ ਨੂੰ ਹੱਕ ਮਿਲਦੇ ਆ ਨਾ ਨਾਲ ਦੇ ਨਾਲ ਉਹਦੇ ਕੁਝ ਫਰਜ਼ ਵੀ ਹੋ ਜਾਂਦੇ ਆ ਕਿਉਂਕਿ ਰਾਈਟਸ ਐਂਡ ਡਿਊਟੀਆਂ ਇੱਕ ਸਿੱਕੇ ਦੇ ਦੋ ਪਹਿਲੂ ਆ ਹੱਕ ਤੇ ਫਰਜ਼ ਹੁਣ ਔਰਤ ਦੇ ਫਰਜ਼ਾਂ ਦੇ ਵੱਲ ਆਉਨੇ ਆ ਉਹ ਫਰਜ਼ ਜਿਹੜੇ ਉਹਦੇ ਹੱਕ ਮਿਲਣ ਤੋਂ ਬਾਅਦ ਉਹ ਨੇ ਝੂਠੇ ਵਰਤਣੇ ਸ਼ੁਰੂ ਕਰਤੇ ਆਪਣਾ ਫਰਜ਼ ਭੁੱਲ ਕੇ ਕੁਝ ਔਰਤਾਂ ਨੂੰ ਵੇਖਿਆ ਗਿਆ ਬਹੁਤ ਸਾਰੇ ਮਰਦਾਂ ਦੇ ਨਾਲ ਉਹ ਝੂਠਾ ਕੇਸ ਪਾ ਦਿੰਦੀਆਂ ਨੇ ਉਦਾਹਰਨ ਤੇ ਤੌਰ ਤੇ ਦਾਸ਼ ਦਾ ਝੂਠਾ ਕੇਸ ਮਾਰਕੁੱਟ ਦਾ ਝੂਠਾ ਕੇਸ ਸੋ ਅਜਿਹੇ ਝੂਠੇ ਕੇਸ ਪਾਉਣ ਦੇ ਨਾਲ ਬਾਕੀ ਔਰਤਾਂ ਦੀ ਛਵੀ ਦੇ ਉੱਤੇ ਵੀ ਸਵਾਲ ਚੱਕਿਆ ਜਾਂਦਾ ਹੈ ਔਰ ਮਿਲੇ ਹੋਏ ਹੱਕਾਂ ਦੀ ਗਲਤ ਵਰਤੋਂ ਕਰਨਾ ਕੀ ਕਹੋਗੇ ਬਿਲਕੁਲ ਠੀਕ ਹੈ ਜਿੱਥੇ ਦੇਖੋ ਰਾਈਟ ਆਫ ਇਕੁਐਲਿਟੀ ਸੀ ਇਹਨਾਂ ਨੂੰ ਵੀ ਕਿਤੇ ਸਮਾਜ ਦੇ ਵਿੱਚ ਕੰਮ ਕਰਦੀਆਂ ਜੇ ਜੇ ਜਿਦੋਂ ਨੇ ਦਫ਼ਤਰਾਂ ਦੇ ਵਿੱਚ ਇਸੀ ਨੌਕਰੀ ਕਰਦੇ ਸਰਕਾਰੀ ਨੌਕਰੀ ਦੇ ਵਿੱਚ ਜੋ ਸੈਲਰੀ ਗ੍ਰੇਡ ਸਾਡਾ ਹੈ ਉਹ ਸੈਲਰੀ ਗ੍ਰੇਡ ਉਹਨਾਂ ਦਾ ਹੈ ਜੋ ਡਿਊਟੀਆਂ ਸਾਡੀਆਂ ਨੇ ਉਹ ਡਿਊਟੀਆਂ ਜੈਕਸੀਆਂ ਨੇ ਜਦੋਂ ਜਦੋਂ ਔਰਤ ਇਹ ਰਾਈਟ ਖੋਸਦੇ ਸੀ ਤੇ ਉਦੋਂ ਕਹਿੰਦੀ ਸੀ ਕਿ ਮੈਂ ਬਰਾਬਰ ਨਹੀਂ ਪਰ ਹੁਣ ਤੇ ਸਮਾਜ ਵਿੱਚ ਬਰਾਬਰ ਦਿੱਤੇ ਗਏ ਪਰ ਬੜੀ ਬਦਕਿਸਮਤੀ ਅੱਜ ਵੀ ਹੈ ਪੀ ਜਦੋਂ ਔਰਤ ਨੂੰ ਕੋਈ ਜਿਹੜੀ ਹੈਗੀ ਹੈ ਜਿਹੜੀ ਇਹ 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 ਡਿਪੈਂਡ ਕਰਦੇ ਮੈਨ ਟੂ ਮੈਨ ਜਿੱਦਾਂ ਡਿਪੈਂਡ ਕਰਦੇ ਨੇ ਸੋਚਦੇ ਇਸੇ ਤਰੀਕ ਔਰਤ ਦੀ ਜੀਨਸ ਦੇ ਵਿੱਚ ਜੋ এডਿਕੇਸ਼ਨ ਹੈ ਉਹ ਉਹਦੇ ਮੁਤਾਬਕ ਜਿਹੜਾ ਹੈਗਾ ਆਪਣਾ ਲਾਈਫ ਦਾ ਇੱਕ ਡਰਾਮਾ ਅਰੇਂਜ ਕਰਦੀ ਹੈ ਡਰਾਮਾ ਅਰੇਂਜ ਕਰਦੀ ਹੈ ਜੇ ਸਪੋਜ਼ਿੰਗ ਮੈਂ ਸਮਝਦੀ ਆਂ ਪਿਆਰ ਬਹੁਤ ਸਾਰੀ ਔਰਤਾ ਜਦੋਂ ਜਦੋਂ ਮਹਿਸੂਸ ਕਰਦੀਆਂ ਨੇ ਕਿ ਮੇਰੇ ਮੈਰੀਟਲ ਰਿਲੇਸ਼ਨ ਇਹਦੇ ਨਾਲ ਠੀਕ ਨਹੀਂ ਚੱਲ ਰਹੇ ਤੇ ਇਹਦੇ ਪਰਿਵਾਰ ਤੱਕ ਨੂੰ ਨਾਲ ਲੈ ਕੇ ਇਹਦੇ ਤੇ ਝੂਠੇ ਐਫਆਈਆਰ ਲੌਂਚ ਕਰਾਓ ਝੂਠੀ ਸਟੋਰੀ ਬਣਾਓ ਔਰ ਮੈਂ ਮਹਿਸੂਸ ਕਰਦੀਆਂ ਕਿ ਇਹ ਇਹ ਚੀਜ਼ਾਂ ਪਰਿਵਾਰਾਂ ਦੇ ਪਰਿਵਾਰ ਖਰਾਬ ਕਰ ਦਿੰਦੀਆਂ ਨੇ ਉਹਨੇ ਉਹਨੇ ਇੱਕ ਡਿਸੀਜਨ ਆਇਆ ਜਿਹਦੇ ਵਿੱਚ ਇਹ ਬੜੀ ਰੈਲੀਫ ਦਿੱਤੀ ਗਈ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੇ ਹਸਬੰਡ ਵਾਈਫ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਪਰਿਵਾਰ ਨੂੰ ਨਾਲ ਅਟੈਚ ਨਹੀਂ ਕੀਤਾ ਜਾਏਗਾ ਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਜੇ ਸਾਨੂੰ ਹੱਕ ਮਿਲੇ ਨੇ ਤੇ ਉਹਨਾਂ ਹੱਕਾਂ ਦਾ ਪ੍ਰਯੋਗ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਜੀ ਜੀ ਬੜੇ ਵੱਖਰੇ ਵੱਖਰੇ ਕਿਤੇ ਆ ਜੀ ਹਰ ਕਿਤੇ ਨੂੰ ਅਲੱਗ ਨਜ਼ਰ ਦੇ ਨਾਲ ਵੇਖਿਆ ਜਾਂਦਾ ਔਰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਨਿਰਧਾਰਤ ਕਰ ਦਿੱਤਾ ਜਾਂਦਾ ਹੈ ਕੁੜੀਆਂ ਦੇ ਕਿਤੇ ਆ ਮੁੰਡਿਆਂ ਦੇ ਕਿਤੇ ਆ ਸਮਾਜ ਬਦਲਿਆ ਕਿਤੇ ਬਰਾਬਰ ਹੋ ਗਏ ਪਰ ਫਿਰ ਵੀ ਕਿਤਨਾ ਕਿਤੇ ਘਰੋਂ ਕਈ ਵਾਰੀ ਰੋਕਟੋਕ ਹੋ ਜਾਂਦੀ ਹੈ ਨਹੀਂ ਨਹੀਂ ਆ ਕਿੱਤਾ ਹੱਲੇ ਵੀ ਕੁੜੀਆਂ ਲਈ ਠੀਕ ਨਹੀਂ ਹੈਗਾ ਇਧਰ ਨਾ ਜਾਈਂ ਉਹ ਡਰ ਦੀ ਕਰ ਲੈ ਉਹ ਪੁਰਾਣੇ ਜਮਾਨੇ ਦਾ ਡਰ ਜਿਹੜਾ ਅਗਾਹ ਦੇਗਾ ਚੱਲਿਆ ਆ ਰਿਹਾ ਪੇਰੈਂਟਸ ਵਿੱਚ ਇਹ ਉਹ ਗੱਲ ਹੈ ਕੁਝ ਨਾ ਕੁਝ ਮੈਂ ਸਮਝਦੀ ਆਂ ਕਿ ਅਜੇ ਜਿੰਨੀ ਜਿੰਨੀ ਔਰਤ ਵਾਸਤੇ ਸਿਕਿਉਰਿਟੀ ਹੋਣੀ ਚਾਹੀਦੀ ਹੈ ਉਨੀ ਸਿਕਿਉਰਿਟੀ ਸਮਾਜ ਵਿੱਚ ਨਹੀਂ ਹੈ ਅੱਜ ਰਾਤ ਨੂੰ 11 ਵਜੇ ਔਰਤ ਕੰਮ ਕਰਕੇ ਕੱਲੇ ਤੌਰ ਤੇ ਕਿਸੇ ਬਾਸਫੇਟ ਚ ਆਪਣੀ ਗੱਡੀ ਡਰਾਈਵ ਕਰਕੇ ਮੈਸਮੇਦੀਆਂ ਕਿਸੇ ਸੂਬੇ ਦੇ ਵਿੱਚ ਵੀ ਉਹ ਨਹੀਂ ਜਾ ਸਕਦੀ ਨਹੀਂ ਜਾ ਸਕਦੀ ਇਹਦੇ ਵਿੱਚ ਕੋਈ ਬਹਾਦਰੀ ਨਹੀਂ ਕਿ ਅਸੀਂ 11 ਵਜੇ 12 ਵਜੇ 2 ਵਜੇ ਤੱਕ ਵੀ ਅਸੀਂ ਲਿੱਖ ਕਰ ਫੜਦੇ ਹਾਂ ਅਸੀਂ ਲੋਕਾਂ ਨੂੰ ਪਕੜਦੇ ਹਾਂ ਲੋਕਾਂ ਦੇ ਅਸੀਂ ਟੈਕਸ ਚੋਰਾਂ ਨੂੰ ਪਕੜਦੇ ਹਾਂ ਤੇ ਸ਼ਾਇਦ ਮੈਂ ਕਹਿੰਨੀ ਵੀ ਉਹ ਏਡੀ ਵੱਡੀ ਗੱਲ ਨਹੀਂ ਕਿਉਂਕਿ ਅਸੀਂ ਅਸੀਂ ਆਪਣੀ ਟੀਮ ਨਾਲ ਹੁੰਦੇ ਹਾਂ ਸੋ ਜੇ ਅੱਜ ਵੀ ਜੇਕਰ ਇਕੱਲੇ ਤੌਰ ਤੇ ਕੰਮ ਕਰਨਾ ਪਵੇ ਤੇ ਕਈ ਤਰੋਟੀਆਂ ਨਜ਼ਰ ਆਉਂਦੀਆਂ ਨੇ ਜਿਹਦੇ ਵਿੱਚ ਅਜੇ ਵੀ ਸਮਾਜ ਦੇ ਆਗੂਆਂ ਨੂੰ ਸਮਾਜ ਦੇ ਕੁਲ ਮਿਲਾ ਕੇ ਜਿਹੜੇ ਹੈਗੇ ਨੇ ਸਕਾਲਰਸ ਨੇ ਉਹਨੂੰ ਵਿਚਾਰਨਾ ਚਾਹੀਦਾ ਹੈ ਪੀਜੀ ਦੇ ਵਿੱਚ ਔਰਤ ਨੂੰ ਬਾਈ ਆਲ ਮੀਨਸ ਜਿਹੜਾ ਹੈਗਾ ਜੇ ਥਾਣੇ ਬਣੇ ਨੇ ਜਾਂ ਜਾਂ ਕੋਈ ਜੋ ਸਿਸਟਮ ਬਣਿਆ ਉਹਦੇ ਵਿੱਚ ਉਹਨੂੰ ਉਹਨੂੰ ਫ੍ਰੀਲੀ ਮਤਲਬ ਜਨਤਾ ਮੌਕਾ ਮਿਲੇ ਤੇ ਉਹ ਮਹਿਸੂਸ ਕਰ ਸਕੇ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਅੱਜ ਵੀ ਮਰਦਾਂ ਦੇ ਬਰਾਬਰ ਕੰਮ ਕਰਨ ਦਾ ਉਹਨਾਂ ਨੂੰ ਅਧਿਕਾਰ ਨਹੀਂ ਹੈ ਨਹੀਂ ਮੈਂ ਸਮਝਦੀ ਕੰਮ ਕਰਨ ਦਾ ਉਹਨੂੰ ਸਾਰੀ ਤਰ੍ਹਾਂ ਦੇ ਅਧਿਕਾਰ ਨੇ ਨਹੀਂ ਮੇਰੇ ਕਹਿਣ ਦਾ ਪਰ ਇਹ ਗੱਲ ਹੈ ਕਿ ਮਤਲਬ ਅਧਿਕਾਰ ਤਾਂ ਸਾਰੇ ਨੇ ਪਰ ਪਰਿਵਾਰ ਦੇ ਸਵਾਲ ਚੱਕ ਹੋ ਜਾਂਦੇ ਹਾਂ ਹਾਂ ਪਰਿਵਾਰ ਦੀ ਗੱਲ ਹੈ ਕਿ ਪਰਿਵਾਰ ਡਰਿਆ ਪੁਰਾਣੇ ਜ਼ਮਾਨੇ ਤੋਂ ਡਰੇ ਹੋਏ ਲੋਕ ਨੇ ਸੋ ਕਈ ਵਾਰੀ ਜਿਹੜੀ ਹੈਗੀ ਸਿਸਟਮ ਅਲੋ ਨਹੀਂ ਕਰਦਾ ਅਜੇ ਵੀ ਮੈਨ ਮੈਨ ਮੰਟੈਲਿਟੀ ਔਰਤ ਦੀ ਤਰੱਕੀ ਤੇ ਔਰਤ ਦਾ ਜਜ਼ਬਾ ਔਰਤ ਦੀ ਦੀ ਬੁਲੰਦੀ ਅੰਦਰੋਂ ਅੰਦਰ ਬਰਦਾਸ਼ਤ ਨਹੀਂ ਕਰਦੇ ਇਹ ਕਹਿਣੀ ਬੜੀ ਬੜੀ ਸੌਖੀ ਗੱਲ ਹੈ ਕਿ ਔਰਤ ਨੂੰ ਬਰਾਬਰ ਬਿਠਾਇਆ ਜਾਂਦਾ ਤੁਸੀਂ ਪੋਲਿਟਿਕਸ ਦੇਖ ਲਓ ਤੁਸੀਂ ਸਮਾਜਿਕ ਸੰਸਥਾਨ ਦੇਖ ਲਓ ਮੈਨੂੰ ਤੇ ਕਈ ਵਾਰ ਬੜਾ ਫੀਲ ਹੁੰਦਾ ਵੀ ਇੱਥੇ ਔਰਤਾ ਬੈਠਣਗੀਆਂ ਇੱਥੇ ਬੰਦੇ ਬੈਠਣਗੇ ਵਾਈ ਨਾਟ 올 ਹੈਨਾ ਸੋ ਸਾਰਿਆਂ ਦੇ ਬਰਾਬਰ ਰਾਈਟ ਹੈ ਇੱਥੇ ਕੁਝ ਨਾ ਕੁਝ ਜੜੀ ਹੈਗੀ ਵਿਚਾਰ ਕਰਨ ਦੀ ਅੱਜ ਵੀ ਜ਼ਰੂਰਤ ਹੈ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਹਲੇ ਬਹੁਤ ਸਾਰੀਆਂ ਗੱਲਾਂ ਨੇ ਔਰਤਾਂ ਦੇ ਹੱਕਾਂ ਨੂੰ ਲੈ ਕੇ ਔਰਤਾਂ ਦੇ ਫਰਜ਼ਾਂ ਨੂੰ ਲੈ ਕੇ ਕੀ ਕੁਝ ਉਹਨਾਂ ਦੇ ਨਾਲ ਸਮਾਜ ਦੇ ਵਿੱਚ ਹੋ ਰਿਹਾ ਪਰ ਇਹ ਸਾਰੀਆਂ ਗੱਲਾਂ ਬਾਤਾਂ ਪ੍ਰੋਗਰਾਮ ਗੱਲਾਂ ਤੇ ਗੀਤ ਹੈ ਗੀਤੋ ਬਾਤ ਹਨੇ ਆਪਣੀ ਗੱਲਾਂ ਤੇ ਗੀਤ ਮੈਂ ਬਰਨਕਾਰ ਮਾਂ ਤੇ ਸਾਡੇ ਸਟੂਡੀਓ ਦੇ ਵਿੱਚ ਆਏ ਹੋਏ ਨੇ ਹਰਦੀਪ ਕੌਰ ਪੰਮਰਾ ਜੀ ਸਾਡਾ ਅੱਜ ਦਾ ਵਿਸ਼ਾ ਹੈ ਨਾਰੀ ਸਸ਼ਕਤੀਕਰਨ ਨਾਰੀ ਸਸ਼ਕਤੀਕਰਨ ਇੱਕ ਨਾ ਪੁਰਾਣੇ ਜਮਾਨੇ ਚ ਕਹਾਵਤ ਹੁੰਦੀ ਸੀਗੀ ਸੱਸ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਪਰ ਇਹ ਹੁਣ ਕਹਾਵਤ ਨਾ ਬਦਲ ਗਈ ਆ ਕਿਉਂਕਿ ਮੈਂ ਤਾਂ ਬਹੁਤ ਸੱਸਾਂ ਇਦਾਂ ਦੀਆਂ ਦੇਖੀਆਂ ਜਿਹੜੀਆਂ ਹੁਣ ਆਪਣੀਆਂ ਨੌਹਾਂ ਨੂੰ ਕਾਲਜ ਵੀ ਭੇਜਦੀਆਂ ਉਹਨਾਂ ਦੇ ਲਈ ਖਾਣਾ ਵੀ ਤਿਆਰ ਕਰਦੀਆਂ ਉਹਨਾਂ ਨੂੰ ਡਿਊਟੀ ਵੀ ਭੇਜਦੀਆਂ ਸੋ ਹੁਣ ਦੇ ਅੱਜ ਦੇ ਜਮਾਨੇ 'ਚ ਤਾਂ ਇਹ ਹੋਣ ਲੱਗ ਗਿਆ ਕਿ ਹਾਏ ਸੱਸ ਜ਼ਰੂਰ ਹੋਵੇ ਬਿਲਕੁਲ ਠੀਕ ਹੈ ਜੀ ਸਮਾਂ ਬਦਲ ਚੁੱਕਾ ਹੈ ਇਹ ਤੁਸੀਂ ਸੱਚ ਕਹਿ ਰਹੇ ਹੋ ਕੀ ਪਹਿਲੇ ਜ਼ਮਾਨੇ ਦੇ ਵਿੱਚ ਪਹਿਲੇ ਕੁੜੀਆਂ ਨੂੰ ਵਿਆਹ ਤੋਂ ਬਾਅਦ ਕਦੀ ਵੀ ਪੜਾਇਆ ਨਹੀਂ ਜਾਂਦਾ ਸੀ ਜੀ ਸੋ ਅੱਜ ਜ਼ਮਾਨਾ ਮੈਂ ਬਹੁਤ ਸਾਰੇ ਦੇਖਦੀਆਂ ਵੀ ਬਹੁਤ ਸਾਰੀਆਂ ਆਈਪੀਐਸ ਪੀਸੀਐਸ ਲੇਡੀਜ਼ ਕੁੜੀਆਂ ਇਦਾਂ ਦੀਆਂ ਨੇ ਜਿਹੜੀਆਂ ਮੈਰਿਜ ਤੋਂ ਬਾਅਦ ਜਿਹੜਾ ਕੰਪੀਟੀਸ਼ਨ ਚ ਆਈਆਂ ਇਹਦਾ ਮਤਲਬ ਕੀ ਸਮਝਿਆ ਜਾਵੇ ਉਹਨਾਂ ਦੀ ਮਦਰ-ਇਨ-ਲॉ ਦਾ ਬਹੁਤ ਵੱਡਾ ਸਹਿਯੋਗ ਹੈ ਬਿਲਕੁਲ ਔਰ ਤੁਸੀਂ ਕਈ ਵਾਰ ਤੁਸੀਂ ਤੁਸੀਂ ਬਿਊਟੀ ਦੀ ਗੱਲ ਕਰ ਲੋ ਅੱਜ ਤੁਸੀਂ ਬਹੁਤ ਸਾਰੇ ਜਗ੍ਹਾ ਤੇ ਤੁਸੀਂ ਡ्रेसेस ਖਰੀਦਦੇ ਹੋ ਤੁਸੀਂ ਨਾਈਸਲੀ ਵਿਆਹਾਂ ਤੇ ਰੈਡੀ ਹੋ ਜਾਂਦੇ ਹੋ ਤੇ ਮਦਰ ਇਨ ਲਾ ਤੇ ਤੇ ਡਾਟਰ ਇਨ ਲਾ ਦਾ ਇੰਨਾ ਨਿੱਗਰ ਰਿਲੇਸ਼ਨ ਹੁੰਦਾ ਹੈ ਕਿ ਉਹ ਆਪਣੀਆਂ ਡ्रेसेस ਇੱਕ ਦੂਜੇ ਨਾਲ ਮਤਲਬ ਉਹ ਚਾਹਨੀ ਹੈ ਕਿ ਉਹ ਬਹੁਤ ਅੱਛੀ ਤਰ੍ਹਾਂ ਰੈਡੀ ਹੋਵੇ ਕਿ ਮੇਰੀ ਮਦਰ ਇਨ ਲਾ ਲੋਕਾਂ ਨੂੰ ਪਤ ਲਗੇ ਮੇਰੀ ਮਦਰ ਇਨ ਲਾ ਉਹ ਆਪਣੀ ਜਿਹੜੀ ਨਵ ਹੈ ਮਹਿਸੂਸ ਕਰਦੀ ਆ ਕਿ ਮੇਰੀ ਐਜੂਕੇਸ਼ਨ ਉਹਦੀ ਚ ਚਾਕਣੀ ਹੈ ਤੇ ਜਦੋਂ ਜਦੋਂ ਮੇਰੀ ਮਦਰ ਇਨ ਲਾ ਬਹੁਤ ਨਾਈਸਲੀ ਡਰੈਸ ਅਪ ਹੋਈ ਸਾਹਮਣੇ ਨਜ਼ਰ ਆਉਗੀ ਸੋ ਦਰਿੰ ਲਾ ਨੂੰ ਹਮੇਸ਼ਾ ਇਹ ਚਾਹ ਹੁੰਦਾ ਹੈ ਕਿ ਮੇਰੀ ਡਾਟਰ ਇਨ ਲਾ ਜਿਹੜੀ ਮੇਰੀ ਨੌ ਆ ਸੋ ਲੋਕਾਂ ਚ ਇੰਨੀ ਖੂਬਸੂਰਤੀ ਨਾਲ ਜਦੋਂ ਜਦੋਂ ਘਰ ਦੇ ਵਿੱਚ ਜਿੱਦਾਂ ਮਰਜ਼ੀ ਉਹ ਕੰਮ ਕਰਦੀ ਹੋਣ ਉਹਨੂੰ ਲਿੰਦਾ ਜੇ ਸਮਾਜ ਚ ਜਾਵੇ ਤੇ ਪਤਾ ਲੱਗੇ ਮੇਰੀ ਨੌ ਜਿਹੜੀ ਹੈਗੀ ਆ ਸੋ ਸ਼ੀ ਇਸ ਲੁਕਿੰਗ ਡਿਫਰੈਂਟ ਸਮਾ ਬਦਲ ਗਿਆ ਵੀ ਹੁਣ ਔਰਤਾਂ ਦੇ ਨਾਲ ਜਿਹੜਾ ਹੈਗਾ ਸੱਸਾਂ ਦਾ ਬਿਹੇਵੀਅਰ ਬਦਲ ਚੁੱਕਿਆ ਹੈ ਉਹ ਮਾਂ ਤੀ ਵਾਲਾ ਰਿਲੇਸ਼ਨ ਬਣ ਚੁੱਕਿਆ ਹੈ ਬਿਲਕੁਲ ਅੱਗੇ ਹੁੰਦਾ ਸੀ ਮਿਸ ਇੰਡੀਆ ਮਿਸ ਪੰਜਾਬਣ ਮਿਸ ਯੂਐਸਏ ਹਨਾ ਜਾਂ ਪੰਜਾਬ ਤੋਂ ਜਿਹੜੀਆਂ ਕੁੜੀਆਂ ਬਾਹਰ ਜਾਂਦੀਆਂ ਸੀ ਇੰਡੀਆ ਤੋਂ ਹੁਣ ਮਿਸਿਸ ਇੰਡੀਆ ਮਿਸਿਸ ਪੰਜਾਬਣ ਮਿਸਿਸ ਪੰਜਾਬ ਕੈਲੀਫੋਰਨੀਆ ਜੋ ਜੋ ਵੀ ਟਾਈਟਲ ਬੜੇ ਸਾੜੇ ਟਾਈਟਲ ਆ ਜਾਂਦੇ ਆ ਇਹਦੇ ਵਿੱਚ ਵੀ ਨੋਹਾ ਦਾ ਤਰੱਕੀ ਕਰਨਾ ਕਿਤੇ ਨਾ ਕਿਤੇ ਸੱਸ ਦੀ ਬਹੁਤ ਵੱਡੀ ਮਿਹਨਤ ਆ ਉਹਦੇ ਪਿੱਛੇ ਬਿਲਕੁਲ ਜੀ ਬਿਲਕੁਲ ਮੈਂ ਇਥੋਂ ਸਮਝਦੀ ਹਾਂ ਕਿ ਕਈ ਵਾਰ ਹੋ ਸਕਦਾ ਹੈ ਕਿ ਇਹਨਾਂ ਨੇ ਹੁਣ ਕਾਪੀ ਕਰਨੀ ਇਸ ਤਰ੍ਹਾਂ ਵੀ ਸ਼ੁਰੂ ਕੀਤੀ ਹੋਵੇ ਕਿ ਵਿਦੇਸ਼ਾਂ ਦੇ ਵਿੱਚ ਸੱਸਾ ਜਾ ਕੇ ਬੱਚੇ ਸੰਭਾਲਦੀ ਹੈ ਤੇ نوਹਾ ਕੰਮ ਕਰਦੀਆਂ ਨੇ ਸੋ ਇਸ ਕਰਕੇ ਉਹ ਵੀ ਇੱਕ ਉਹਨਾਂ ਦੀ ਅੰਡਰਸਟੈਂਡਿੰਗ ਹੈ ਤੇ ਇੰਡੀਆ ਵਿੱਚ ਰਹਿ ਕੇ ਵੀ ਹੁਣ ਬਹੁਤ ਸਾਰੇ ਜਿਹੜੇ ਔਰਤਾਂ ਦਫ਼ਤਰਾਂ ਦੇ ਵਿੱਚ ਉਹਨਾਂ ਦੀਆਂ ਪ੍ਰੋਬਲਮ ਸੁਣੀਦੀ ਹੈ ਨਾ ਕੋਈ ਕਿਤੋਂ ਕੰਮ ਤੋਂ ਆ ਰਹੀ ਹੈ ਕਿਤੇ ਕਿਤੋਂ ਆ ਰਹੀ ਹੈ ਉਹ ਕਹਿੰਦੀ ਮੇਰੀ ਮਦਰ ਇਨ ਲੌ ਕਰ ਰਹੀ ਹੈ ਕਿ ਉਹ ਬੱਚੇ ਸੰਭਾਲ ਲੈਂਦੇ ਨੇ ਹੈਨਾ ਮਾਵਾ ਪਹਿਲੇ ਵੀ ਸੰਭਾਲ ਦੀਆਂ ਸੀ ਪਰ ਹੁਣ ਉਹ ਹੋਰ ਤਰ੍ਹਾਂ ਨਾਲ ਪ੍ਰੈਜੈਂਟ ਕਰਦੀਆਂ ਨੇ ਹੁਣ ਉਹ ਇਹ ਨਹੀਂ ਕਹਿੰਦੀ ਕਿ ਤੂੰ ਇਸ ਤਰ੍ਹਾਂ ਰੈਡੀ ਹੋ ਕੇ ਕਿ ਜਾ ਰਹੀ ਉਹਨੂੰ ਪਤਾ ਹੈ ਕਿ ਉਹਦੀ ਡਿਊਟੀ ਕੀ ਹੋ ਚਾਹੀਦੀ ਬਿਲਕੁਲ ਉਹਨੂੰ ਇਹ ਵੀ ਪਤਾ ਹੈ ਕਿ ਉਹਦਾ ਕੰਮ ਕੀ ਹੋ ਜਾਏ ਸੋ ਉਹਦੀ ਉਹਨਾਂ ਕਿੰਨਾ ਟਾਈਮ ਕਰ ਦੇ ਸਕਣਾ ਤੇ ਨਾ ਹੀ ਉਹ ਐਕਸਪੈਕਟ ਕਰਦੀਆਂ ਨੇ ਇੱਕ ਹੋਰ ਮੇਰੀ ਗਲਤੀਆਂ ਚਾਰੀਏ ਇੱਕ ਪੁਰਾਣਾ ਜ਼ਮਾਨਾ ਸੀ ਵੀ ਸੱਸਾਂ ਐਕਸਪੈਕਟ ਕਰਦੀਆਂ ਸੀ ਕਿ ਸ਼ਾਮ ਹੋਵੇ ਤੇ ਮੇਰੀ ਨੌਮਣ ਜ਼ਰੂਰ ਪੁੱਛੇ ਕਿ ਮਾਤਾ ਜੀ ਕੋਈ ਮੈਂ ਤੁਹਾਨੂੰ ਘੁੱਟ ਦਿਆਂ ਸੋ ਅੱਜ ਦੇ ਜ਼ਮਾਨੇ ਚਲੇ ਗਏ ਸੋ ਮਦਰ ਮਦਰ ਇਲਾਬੀ ਮਹਿਸੂਸ ਕਰਦੀ ਹੈ ਵੀ ਨਹੀਂ ਇਹ ਵੀ ਥੱਕੀ ਹੋਈ ਦੀ ਹੈ ਉਹ ਪੁੱਛਦੀ ਵੀ ਤੂੰ ਵੀ ਥੱਕੀ ਹੋਈ ਦੀ ਨਹੀਂ ਰਾਜੀ ਤੂੰ ਆਪਣਾ ਆਪਣਾ ਦੇ ਤੂੰ ਸੇਰੇ ਵੀ ਜਾਣਾ ਹੈ ਬਿਲਕੁਲ ਅੱਗੇ ਰਿਵਾਜ ਬਣਿਆ ਹੁੰਦਾ ਸੀਗਾ ਕਿ ਨੌ ਚਾਹੇ ਕੰਮ ਤੋਂ ਆਵੇ ਉਹਨੇ ਆ ਕੇ ਸੱਸ ਨੂੰ ਸ਼ਾਮ ਨੂੰ ਪੁੱਛਣਾ ਚਾਹ ਪੀਣੀ ਹੈ ਹੁਣ ਸੱਸਾਂ ਜ਼ਰੂਰ ਏਦਾਂ ਕਰਦੀਆਂ ਨੇ ਕਿ ਪਹਿਲਾਂ ਹੀ ਚਾਹ ਬਣਾ ਕੇ ਰੱਖਦੀਆਂ ਅੱਗੇ ਇੱਕ ਟਾਈਮ ਹੁੰਦਾ ਸੀ ਤੇ 5:30 ਨੌਂ ਘਰ ਹੋਣੀ ਚਾਹੀਦੀ ਜਾਂ ਕੁੜੀ 5:30 ਘਰ ਹੋਣੀ ਚਾਹੀਦੀ ਆ ਅੱਧਾ ਘੰਟਾ ਉਹਨੂੰ ਦਫ਼ਤਰ ਤੋਂ ਘਰ ਪਹੁੰਚਾਂ ਲੱਗਣਾ ਆ ਤੇ ਮੁੰਡਾ ਚਾਹੇ ਜਿੱਥੇ ਮਰਜ਼ੀ ਪਾਰਟੀ ਵਗੈਰਾ ਕਰ ਲਵੇ ਅੱਗੇ ਨਹੀਂ ਸੀ ਇਹ ਰਵਾਜ ਹੁਣ ਤਾਂ ਇਹ ਵੀ ਬਦਲ ਗਿਆ ਹੁਣ ਕੁੜੀਆਂ ਆਪਣੀ ਮਰਜ਼ੀ ਦੇ ਨਾਲ 1 ਘੰਟਾ ਜੇ ਫਰੈਸ਼ ਹੋਣਾ ਚਾਹੁੰਦੀਆਂ ਆਪਣੀਆਂ ਫਰੈਂਡਸ ਦੇ ਨਾਲ ਹਨਾ ਚਾਹੇ ਨੋਹਾ ਹੋਣੀਆਂ ਚਾਹੀਦੀਆਂ ਉਹ ਵੀ ਮਾਪੇ ਸਵਾਰਕਾਰ ਕਰਨ ਲੱਗ ਗਏ ਆ ਬਿਲਕੁਲ ਬਿਲਕੁਲ ਸਹੀ ਹੈ ਜੀ ਜਿਵੇਂ ਮੈਂ ਕਈ ਵਾਰ ਦੇਖਦੀ ਹਾਂ ਜਲੰਧਰ ਦੇ ਕਈ ਵਾਰ ਜਿਮਖਣਾ ਕਲੱਬ ਦੇ ਵਿੱਚ ਅੰਨ ਇਹ ਮਸੂਸ ਕਰਕੇ ਮੈਨੂੰ ਚੰਗਾ ਲੱਗਦਾ ਵੀ ਇਹ ਜ਼ਿੰਦਗੀ ਹਰੇਕ ਪਿੰਡਾਂ ਵਿੱਚ ਵੀ ਸੁਣਿਆ ਜਾਣਾ ਚਾਹੀਦਾ ਜਦੋਂ ਸ਼ਹਿਰੀ ਕੁੜੀਆਂ ਆਪਣੀਆਂ ਸੱਸਾਂ ਨੂੰ ਲੈ ਕੇ ਸ਼ਾਮ ਨੂੰ ਕਲੱਬ ਪਹੁੰਚਦੀਆਂ ਹੈ ਬਿਲਕੁਲ ਹੈਨਾ ਉਹਨਾਂ ਨੂੰ ਕਿੱਤੀ ਕਲੌਨੀਆਂ ਨੇ ਆਪ ਕੋ ਛੋਟ ਕਰਦੀ ਹੈ ਸੋ ਸਮਾ ਬਦਲ ਗਿਆ ਸੋ ਇਹ ਚੀਜ਼ਾਂ ਜਿਹੜੀ ਪੋਜ਼ਿਟਿਵਿਟੀ ਮੈਂ ਸਭ ਦੀ ਜਨਰੇਸ਼ਨ ਨੂੰ ਅਪਵਰਡ ਲੈ ਕੇ ਜਾਣ ਲਈ ਅੱਗੇ ਲੈ ਕੇ ਜਾਣ ਲਈ ਅਗਾ ਵਧੂ ਬਣਾਉਣ ਲਈ ਕੰਮ ਕਰਦੀ ਹੈ ਤੇ ਮੇਰੇ ਖਿਆਲ ਬਿਮਾਰੀਆਂ ਵੀ ਘਟਦੀਆਂ ਨੇ ਜਦੋਂ ਕੋਈ ਬੰਦਾ ਕੁੜਕੁੜ ਨਹੀਂ ਕਰਦਾ ਦਿਲ ਦਿਮਾਗ ਦੇ ਵਿੱਚ ਸੋ ਪਰਿਵਾਰ ਅੱਗੇ ਵਧਦਾ ਤੇ ਹੁੰਦਾ ਬਿਲਕੁਲ ਜੀ ਸਿੱਖਿਆ ਔਰਤ ਜੀ ਸਿੱਖਿਆ ਬਿਨਾ ਮਨੁੱਖ ਅਧੂਰਾ ਹੈ ਸਿੱਖਿਆ ਬਿਨਾ ਜੀਵਨ ਅਧੂਰਾ ਹੈ ਬੜਾ ਕੁਝ ਆਪਾਂ ਸੁਣਿਆ ਪੜਿਆ ਔਰਤਾਂ ਦੇ ਲਈ ਵੀ ਸਿੱਖਿਆ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਕੁੜੀ ਆਪ ਸਿੱਖਿਆਕ ਨਹੀਂ ਹੈ ਉਦੋਂ ਤੱਕ ਉਹਦਾਸੀਂ ਵਧੀਆ ਭਵਿੱਖ ਨਹੀਂ ਦੇਖ ਸਕਦੇ ਹਰਦੀਪ ਕੌਰ ਪੰਬਰਾ ਹੁਣਾਂ ਦੀ ਨਿਗਾਹ ਦੇ ਵਿੱਚ ਔਰਤ ਤੇ ਸਿੱਖਿਆ ਦੋਨਾਂ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ ਸਿੱਖਿਤ ਹੋਣਾ ਬਹੁਤ ਜ਼ਰੂਰੀ ਹੈ ਜੀ ਬਿਨਾ ਸਿੱਖਿਤ ਹੋਏ ਸਿੱਖਿਆ ਦਾ ਸਿੱਖਿਆ ਤੋਂ ਬਿਨਾ ਮੈਂ ਸਮਝਦੀ ਹਾਂ ਕਿ ਔਰਤ ਨਾ ਆਪਣੇ ਆਪਣੀ ਡਿਊਟੀ ਸਮਝ ਸਕਦੀ ਹੈ ਤੇ ਨਾ ਹੀ ਆਪਣੀ ਤਰੱਕੀ ਕਰ ਸਕਦੀ ਹੈ ਨਾ ਹੀ ਇਕਨੋਮਿਕਲੀ ਠੀਕ ਹੋ ਸਕਦੀ ਹੈ ਨਾ ਸੋਸ਼ਲੀ ਠੀਕ ਹੋ ਸਕਦੀ ਹੈ ਵੱਖ-ਵੱਖ ਵਿਸ਼ਿਆਂ ਤੇ ਪੜ੍ਹਾਈਆਂ ਕਰਨੀਆਂ ਮੈਨੂੰ ਕੀ ਬੋਲਣ ਲੱਗੀਆਂ ਚਾਪਦਾ ਹੈ ਕਿ ਮੈਂ ਡਿਪਾਰਟਮੈਂਟ ਚ ਆ ਕੇ ਮੈਂ ਲੋਗ ਗ੍ਰੈਜੂਏਟ ਸੀ ਡਿਪਾਰਟਮੈਂਟ ਜੁਆਇਨ ਕੀਤਾ ਡਿਪਾਰਟਮੈਂਟ ਚ ਆ ਕੇ ਐਮਏ ਇੰਗਲਿਸ਼ ਕੀਤਾ ਐਮਏ ਪੋਲੀਟੀਕਲ ਸਾਇੰਸ ਕੀਤਾ ਐਮਏ ਸੋਸ਼ੀਓਲੋਜੀ ਕੀਤਾ ਸੋ ਇਹਨਾਂ ਇਹਨਾਂ ਚੀਜ਼ਾਂ ਨੂੰ ਡਿਗਰੀਆਂ ਪੜਨ ਡਿਗਰੀਆਂ ਕਰਨ ਦਾ ਮਕਸਦ ਕੋਈ ਹੋਟ ਨਹੀਂ ਸੀ ਵੱਖੋ ਵੱਖ ਵਿਸ਼ਿਆਂ ਤੇ ਇਹਨਾਂ ਚੀਜ਼ਾਂ ਦਾ ਗਿਆਨ ਪ੍ਰਾਪਤ ਕਰਨਾ ਸੀ ਗਿਆਨ ਜਿਹੜਾ ਹੈਗਾ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਨੂੰ ਨਿਬਾਉਣਾ ਤੇ ਸਮਾਜ ਨੂੰ ਸਮਝਣਾ ਤੇ ਕਿਸੇ ਦੂਰੀ ਨੂੰ ਗਿਆਨ ਕੇ ਇਹ ਜਾਣਨਾ ਇਹ ਇਹ ਬੜਾ ਵੱਡਾ ਰੋਲ ਅਦਾ ਕਰਦਾ ਸੋ ਜਿਵੇਂ ਕੋਈ ਤੁਸੀਂ ਦੇਖੋ ਰੂਰਲ ਤੇ ਅਰਬਨ ਦੇ ਵਿੱਚ ਪਹਿਲਾ ਜ਼ਮਾਨਾ ਹੁੰਦਾ ਸੀ ਇਹ ਪਿੰਡੂ ਹੈ ਜੀ ਤਾਂ ਕਰਕੇ ਇਹਨੂੰ ਸਮਝ ਨਹੀਂ ਆਂਦੀ ਹਮ ਹੁਣ ਸੋਸ਼ਲਿਜ਼ਮ ਜਿਹੜੀ ਇਹ ਦ ਸੋਸ਼ਲ ਸਟਡੀ ਦੱਸਦੀ ਏ ਵੀ ਉਹ ਗਿਆਨ ਤੋਂ ਘਟ ਨਹੀਂ ਉਹ ਮਜਬੂਰੀ ਹੈ ਉਹਨਾਂ ਦੀ ਵੀ ਜੋ ਅਰਬਨ ਜਿਹੜੇ ਰੂਰਲ ਚ ਰਹ ਰਹੇ ਨੇ ਰੂਰਲ ਚ ਲੈ ਕੇ ਜੋ ਗਿਆਨ ਉਹਨਾਂ ਕੋਲ ਹੈ ਉਹ ਅਰਬਨ ਵਾਲਿਆਂ ਕੋਲ ਨਹੀਂ ਜਿਹੜਾ ਅਰਬਨ ਕੋਲ ਹੈ ਉਹ ਰੂਰਲ ਦੇ ਵਿੱਚ ਨਹੀਂ ਹੈ ਸੋ ਪੜ੍ਹਾਈ ਲਿਖਾਈ ਜੀਵਨ ਦੇ ਵਿੱਚ ਔਰਤ ਲਈ ਇੱਕ ਬੜਾ ਵੱਡਾ ਰੋਲ ਅਦਾ ਕਰਦੀ ਹੈ ਸੋ ਕੋਈ ਸਮਾ ਵੀ ਆਜਵੇ ਜਿਹੋ ਦੇ ਕੋਲ এডੂਕੇਸ਼ਨ ਹੈ ਦੇਖੋ ਪਹਿਲੇ ਜਮਾਨਾ ਹੁੰਦਾ ਸੀ ਰਿਸ਼ਤੇ ਕਰਦੇ ਸੀ ਲੋਕ ਤੇ ਉਹ ਸਮਝਦੇ ਸੀ ਫਲਾਣੇ ਮੁੰਡੇ ਵਾਲਿਆਂ ਦੀ ਕਿੰਨੀ ਜ਼ਮੀਨ ਹੈ ਮੁੰਡੇ ਵਾਲਿਆਂ ਦਾ ਕਿੰਨਾ ਕੰਮ ਹੈ ਸੋ ਹੁਣ ਇਹ ਚੀਜ਼ਾਂ ਨੂੰ ਵਿਚਾਰਿਆ ਨਹੀਂ ਜਾਂਦਾ ਕੁੜੀ ਨੂੰ ਖੂਬਸੂਰਤੀ ਨਾਲ ਪੜਾਇਆ ਜਾਂਦਾ ਹੈ ਤਾਂ ਕਿ ਮੌਕਾ ਆਵੇ ਤੇ ਉਹ ਆਪਣੇ ਜੀਵਨ ਨੂੰ ਆਪ ਕਿਸੇ ਢੰਗ ਨਾਲ ਵੀ ਕੰਮ ਕਰ ਸਕੇ ਤੁਸੀਂ ਦੇਖਿਆ ਹੋਣਾ ਹਰ ਸ਼ਹਿਰਾਂ ਬਾਜ਼ਾਰਾਂ ਕੋਚਾਂ ਦੇ ਵਿੱਚ ਕੁੜੀਆਂ ਨੇ ਕਿਤੇ ਬੁਟੀਕ ਖੋਲੇ ਹੋਏ ਦੇ ਨੇ ਕਿਤੇ ਆਪਣਾ ਇਹ ਉਹਨਾਂ ਦੀ ਐਜੂਕੇਸ਼ਨ ਖੁਸ਼ ਹੋ ਰੈ ਸ਼ੀਜ਼ ਸ਼ੀਜ਼ ਇਨ ਮਤਲਬ ਮੰਨ ਲਓ ਟੀਚਿੰਗ ਚ ਉਹ ਟੀਚਿੰਗ ਤੋਂ ਆ ਕੇ ਆਪਣਾ ਬਿਊਟੀਸ਼ੀਅਨ ਦਾ ਕੰਮ ਕਰ ਰਹੀ ਉਹ ਟੇਲਰਿੰਗ ਦਾ ਕੰਮ ਕਰ ਰਹੀ ਬੁਟੀਕ ਨਾਈਸ ਕਰ ਰਹੀ ਪੇਂਟਿੰਗ ਕਰ ਰਹੀ ਇਹਦਾ ਮਤਲਬ ਉਹਦੀ ਐਜੂਕੇਸ਼ਨ ਪੜਦੇ ਵਕਤ ਜੋ ਮਾਪੇ ਨੇ ਉਹਨੂੰ ਗਿਆਨ ਦਿੱਤਾ ਜੋ ਉਹਨੂੰ ਓਪਰਚ्युनिटीਜ਼ ਦਿੱਤੀਆਂ ਜੀਵਨ ਚ ਜਦ ਕੰਮ ਆ ਰਹੀਆਂ ਨੇ ਕੁੜੀਆਂ ਦੇ ਵਿੱਚ ਕਈ ਵਾਰੀ ਮਹਿਸੂਸ ਹੁੰਦਾ ਹੈ ਕੁਝ ਮੈਂ ਲੈਕਚਰਰਸ ਮੈਂ ਤੁਹਾਡੇ ਬਾਰੇ ਵੀ ਜਾਣਿਆ ਬਹੁਤ ਜ਼ਿਆਦਾ ਸੋ ਕਿ ਪਿੱਛ ਤੱਕ ਤੁਸੀਂ ਪ੍ਰੋਫੈਸਰ ਵੀ ਹੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਵੀ ਹੋ ਤੁਸੀਂ ਵੀ ਆਪਣੇ ਫੀਲਡ ਵਿੱਚ ਬਹੁਤ ਲੋਕਾਂ ਨੂੰ ਜਾਣਦੇ ਹੋ ਬੀ ਪੀ ਐਚ ਡੀ ਟੀਚਿੰਗ ਕਰਦੇ ਕਰਦੇ ਹੋਰ ਪ੍ਰੋਫੈਸ਼ਨ ਦੇ ਵਿੱਚ ਵੀ ਬਿਜ਼ੀ ਨੇ ਇਟ ਮੀਨਸ ਉਹ এডੂਕੇਸ਼ਨ ਉਹਨਾਂ ਨੂੰ ਜੀਵਨ ਚ ਸਮੇਂ ਸਮੇਤੇ ਕਮ ਕਮ ਆਉਂਦੀ ਹੈ ਸੋ ਮੈਂ ਸਮੇਂ ਦੀ ਆਉਣ ਵਾਲੀਆਂ ਬੱਚੀਆਂ ਨੂੰ ਜੇ ਉਹ ਮਤਲਬ ਫਿਜ਼ੀਕਲੀ ਵੀ ਟ੍ਰੇਨਡ ਹੋਣ ਮਤਲਬ ਸਪੋਰਟਸ ਵੀ ਕਰਨ এডੂਕੇਸ਼ਨ ਵੀ ਲਰਨ ਲੈਂਗੁਏਜਸ ਵੀ ਸਿੱਖਣ ਹਨਾ ਸੋ ਜਿਵੇਂ ਮੈਂ ਆਈ ਲਰਨਡ ਉਰਦੂ ਫ੍ਰੈਂਚ ਇਹ ਨਹੀਂ ਕਿ ਮੈਨੂੰ 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 ਫਰਾਂਸੀ ਲੋਕਾਂ ਦੇ ਵਿੱਚ ਜਾ ਕੇ ਰਹਿਣਾ ਪੈਣਾ ਪਰ ਸਮਾ ਪੈਂਦੀ ਹੈ ਹਾਂ ਨਾ ਸੋ ਸਮਾ ਪੈਂਦੀ ਕੋਈ ਜ਼ਰੂਰਤ ਪੈਂਦੀ ਹੈ ਤੇ ਮੈਨੂੰ ਕਿਸੇ ਦਾ ਸਹਾਰਾ ਨਹੀਂ ਲੈਣਾ ਪਏਗਾ ਬਿਨਾਂ ਸਹਾਰਾ ਲਏ ਜਿਹੜੀ ਹੈਗੀ ਤੁਸੀਂ ਆਪਣੇ ਜੀਵਨ ਦੇ ਵਿੱਚ ਉਹ ਉਹ ਗੁਣ ਪੈਦਾ ਕਰੋ ਤਾਂ ਕਿ ਔਰਤ ਨੂੰ ਕਿਤੇ ਨਿਮਾਣੀ ਤੇ ਨਿਆਸੀ ਨਹੀਂ ਨਾ ਸਮਝਿਆ ਜਾਵੇ ਬਿਲਕੁਲ ਕਹਿੰਦੇ ਨਾ ਕਿ ਔਰਤ ਨੂੰ ਹਮੇਸ਼ਾ ਧਰਤ ਮਾਂ ਦੀ ਤਰ੍ਹਾਂ ਸਹਿਣ ਕਰਨ ਵਾਲੀ ਸਮਝਿਆ ਜਾਂਦਾ ਸੀਗਾ ਕਿ ਇਹ ਤਾਂ ਇੱਕ ਧਰਤੀ ਹੈ ਜਿਸ ਦੇ ਉੱਤੇ ਜੋ ਮਰਜੀ ਜਿਵੇਂ ਮਰਜੀ ਇਸ ਦੇ ਨਾਲ ਕਰੀ ਜਾਓ ਪਰ ਦੀ ਆਵਾਜ਼ ਖੁਦ ਚ ਕਈ ਉਬਲੰਦ ਹੋਈ ਹੈ ਹਮ ਔਰਤ ਅਬਲਾ ਨਹੀਂ ਸਬਲਾ ਹੈ ਸਬਲਾ ਹੈ ਸਬਲਾ ਹੈ ਬਸ ਇਹ ਹੈ ਕਿ ਔਰਤ ਨੂੰ ਨਾ ਇੱਕ ਆਦਤ ਹੁੰਦੀ ਹੈ ਅੰਦਰੋਂ ਅੰਦਰੇ ਘੁੱਟ ਘੁੱਟ ਕੇ ਗੱਲਾਂ ਪੀਣ ਦੀ ਜ਼ਰਨ ਦੀ ਸ਼ਕਤੀ ਬਹੁਤ ਹੈ ਔਰਤ ਦੇ ਵਿੱਚ ਪੇਸ਼ੈਂਸ ਪੇਸ਼ੈਂਸ ਲੈਵਲ ਆਪਾਂ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਦਾ ਇੰਨਾ ਜਰ ਲੈਣਾ ਕਿ ਉਹਦੀ ਵੀ ਸੁਣ ਲਾ ਉਹਦੀ ਵੀ ਸੁਣ ਲਾ ਹਨਾ ਫਿਰ ਉਹ ਚੁਗਲੀਆਂ ਦੇ ਰੂਪ ਚ ਨਿਕਲਦਾ ਸੀ ਫਿਰ ਐਵੇਂ ਕੁੜੀਆਂ ਤੇ ਤੁਮਤ ਲੱਗ ਗਈਆਂ ਚੁਗਲੀਆਂ ਬਹੁ ਕਰਦੀਆਂ ਸਿੱਖਿਆ ਖੋਈ ਹੈ ਉਹਨੇ ਖੇਡਾਂ ਦੇ ਵਿੱਚ ਕਮਾਇਆ ਉਹ ਅੰਤਰਿਕਸ਼ ਚ ਗਈ ਆ ਉਹ ਫਿਲਮਾਂ ਚ ਗਈ ਆ ਉਸਨੇ ਹਰ ਕਿੱਤੇ ਦੇ ਵਿੱਚ ਬੜਾ ਕੁਝ ਹਾਸਲ ਕੀਤਾ ਪਰ ਜੀ ਜੀ ਮੈਂ ਇਥੇ ਤੁਹਾਡੀ ਗੱਲ ਕੱਟੂੰਗੀ ਕਿ ਸੌਰੀ ਤੇ ਉਹਦੇ ਵਿੱਚ ਐਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਣਾ ਕਿ ਅੱਜ ਕਹਿੰਦੇ ਜੀ ਬੱਚੀਆਂ ਆਪਣੇ ਵੱਖਰੇ ਕਮਰੇ ਚ ਰਹਿਣੀਆਂ ਪਹਿਲੇ ਇੱਕੋ ਇੱਕੋ ਪਰਿਵਾਰ ਦਾ ਇੱਕੋ ਹੀ ਕਮਰਾ ਸੀ ਉੱਤੇ ਸਾਰੇ ਰਹਿੰਦੇ ਸਾਰੇ ਡਬਲ ਉਹ ਵਿਸ਼ਲੇਸ਼ਨ ਕਿੱਥੇ ਕਰ ਸਕਦੀਆਂ ਸੀ ਆਪਣੀ ਲਾਈਫ ਬਾਰੇ ਬਿਲਕੁਲ ਠੀਕ ਹੈ ਤੇ ਹੁਣ ਉਹ ਜਦੋਂ ਬੱਚੇ ਇਕੱਲੇ ਬੈਠਦੇ ਨੇ ਆਪਣੇ ਸਮੇਂ ਦੀ ਵੰਡ ਕੀਤੀ ਹੋਈ ਦੀ ਮੈਂ ਐਨੇ ਟਾਈਮ ਤੇ ਪੜ੍ਹਨਾ ਐਨੇ ਟਾਈਮ ਤੇ ਐ ਕੰਮ ਕਰਨਾ ਸੋ ਇਸ ਕਰਕੇ ਉਹ ਬੁਲੰਦੀਆਂ ਤੇ ਨੇ ਇਸ ਕਰਕੇ ਬੁਲੰਦੀਆਂ ਤੇ ਨੇ ਉਹਨੂੰ ਆਪਣਾ ਜਿਹੜੇ ਜਿਹੜੇ ਜਜ਼ਬੇ ਦੀ ਗੱਲ ਕੀਤੀ ਪਈ ਸਹਿ ਲੈਂਦੀ ਸੀਗੀ ਉਹ ਨੂੰ ਉਸ ਸਮੇਂ ਉਹਨੂੰ ਇਹ ਉਹਨੂੰ ਆਪਣੀ ਪਾਵਰ ਨਹੀਂ ਪਤਾ ਸੀ ਉਦੋਂ ਉਹਨੂੰ ਪਾਵਰ ਨਹੀਂ ਪਤਾ ਸੀ ਤੇ ਨਾ ਹੀ ਉਹਨੂੰ ਉਹਦੇ ਕੋਲ ਇਹ ਰਾਈਟ ਸੀਗੇ ਕਿ ਉੱਚੀ ਬੋਲ ਸਕੇ ਬਿਲਕੁਲ ਠੀਕ ਹੈ ਜੀ ਉੱਚੀ ਬੋਲ ਨਹੀਂ ਸਕਦੀ ਸੀ ਤੇ ਸਹਿ ਕੇ ਤੇ بار بار ਉਹ ਆਪਣਾ ਇੱਕ ਫਿਰ ਉਹ ਗੱਲ ਆ ਗਈ ਸਤੀ ਪ੍ਰਥਾ ਵਾਲੀ ਕਿ ਜਦੋਂ ਜਿੱਥੇ ਵਿਆਹੇਗੀ ਕੁੜੀ ਉਹਨੇ ਉੱਥੇ ਹੀ ਕੱਟਣੀ ਹੈ ਠੀਕ ਹੈ ਸੋ ਹੁਣ ਉਹਨਾਂ ਦੀ ਪਾਵਰ ਪਤਾ ਲੱਗੀ ਇਹ ਚੀਜ਼ਾਂ ਖਤਮ ਹੋਈਆਂ ਉਹਦੇ ਨਾਲ ਇੰਪਾਵਰਡ ਹੋਈ ਉਹਨੂੰ ਲੱਗਿਆ ਨਹੀਂ ਮੂਚੀ ਬਾਜ ਗੱਲ ਵੀ ਕਰ ਸਕਦੀਆਂ ਤੇ ਆਪਣੇ ਜਜਬ ਕਰਕੇ ਆਪਣੇ ਕੋਲ ਨੂੰ ਚਲਾਉਣਾ ਵੀ ਹੈ ਸੋ ਇਹ ਚੀਜ਼ਾਂ ਬੜੀਆਂ ਅਸਰ ਕਰਦੀਆਂ ਜੀ ਮੈਂ ਨਾ ਸਵਾਲ ਪੁੱਛਣ ਲੱਗੀ ਸੀ ਕਿ ਔਰਤ ਦਾ ਹਮੇਸ਼ਾ ਇੱਕ ਰਿਵਾਜ ਰਿਹਾ ਹੈ ਨਾ ਪੂਰੀ ਦੁਨੀਆ ਦੇ ਵਿੱਚ ਰਿਹਾ ਜੁਗਾ ਜੁਗਾ ਤੁਰਿਆ ਕਿ ਔਰਤ ਵਿਆਹ ਕੇ ਦੂਜੇ ਘਰ ਜਾਂਦੀ ਆ ਮੁੰਡਾ ਵਿਆਹ ਕੇ ਨਹੀਂ ਆਉਂਦਾ ਕੁੜੀ ਦੇ ਨਾਲ ਠੀਕ ਆ ਇਹ ਰਿਵਾਜ ਤਾਂ ਸਮਾਜ ਨੇ ਬਣਾਇਆ ਔਰ ਦੂਸਰੀ ਗੱਲ ਕਿਉਂ ਹਮੇਸ਼ਾ ਮਰਦਾਂ ਦੇ ਦਿਮਾਗ 'ਚ ਇਹ ਰਹਿੰਦਾ ਆ ਕਿ ਜਾਂ ਸਮਾਜ ਦੇ ਦਿਮਾਗ 'ਚ ਇਹ ਰਹਿੰਦਾ ਆ ਹਾਈ ਘਰ ਜਵਾਈ ਠੀਕ ਹੋ ਗਏ ਮਤਲਬ ਐਡਾ ਵੀ ਕੀ ਸਵਾਲੀਆਂ ਚਿੰਨ ਹੋ ਗਿਆ ਜੇ ਕੁੜੀ ਰਹਿ ਸਕਦੀ ਤੇ ਮੁੰਡੇ ਨੂੰ ਰਹਿਣ ਚਾਹੀਦਾ ਇਹ ਵੀ ਵੀ ਸਮਝ ਨਹੀਂ ਪੁਰਾਣੀ ਗੱਲ ਹੈ ਅੱਜ ਜਿਹੜੇ ਮੁੰਡੇ ਨੇ ਜਦੋਂ ਬੜੀ ਅੰਡਰਸਟੈਂਡਿੰਗ ਹੈ ਦੋਨੋਂ ਲੜਕਾ ਵੀ ਪੜਿਆ ਲਿਖਿਆ ਨੇ ਤੇ ਲੜਕੀਆਂ ਵੀ ਪੜੀਆਂ ਲਿਖੀਆਂ ਕਿਉਂਕਿ ਸਿੰਗਲ ਚਾਈਲਡ ਹੈ ਹਨਾ ਛੋਟੇ ਛੋਟੇ ਬੱਚੇ ਛੋਟੇ ਛੋਟੇ ਪਰਿਵਾਰ ਨੇ ਮੋਸਟ ਆਫ ਜਿਹੜੇ ਅੱਜ ਕਰਾਂ ਦੇ ਵਿੱਚ ਦੋ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਹੈ ਜਦੋਂ ਇੱਕ ਬੱਚਾ ਹੈ ਉਹਨਾਂ ਦਾ ਸੋ ਉਹਦੇ ਵਿੱਚ ਸਮਾ ਬਦਲ ਗਿਆ ਬੱਚੇ ਜਿਹੜੇ ਨੇ ਜੇ ਉਹ ਵਾਈਫ ਦੇ ਪੇਰੈਂਟ ਸੀ ਉਹਨਾਂ ਨੂੰ ਵੀ ਆਪਣੇ ਪੇਰੈਂਟ ਸਮਝਦੇ ਹੈ ਸੋ ਤਾਂ ਕੁੜੀ ਜ ਇਗਜ਼ਾਮਪਲ ਨੇ ਮੇਰੀ ਲਾਈਫ ਦੇ ਵਿੱਚ ਜਿਹਦੇ ਵਿੱਚ ਮੈਂ ਜ਼ਰੂਰ ਜਾਨਣਾ ਚਾਹਾਂਗੇ ਇੱਕ ਦਿਨ ਵਿੱਚ ਮੇਰੀ ਪਰਿਵਾਰਾਂ ਦੀ ਵਿੱਚ ਮੈਂ ਦੇਖਿਆ ਕਿ ਮਤਲਬ ਮੇਰੀ ਇੱਕ ਬਹੁਤ ਸਾਰੇ ਇੱਕ ਨਹੀਂ ਬਹੁਤ ਸਾਰੇ ਮੇਰੇ ਰਿਲੇਟਿਵ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਮੈਂ ਮੈਂ ਮਹਿਸੂਸ ਕਰਦੀ ਹਾਂ ਕਿ ਉਹਨਾਂ ਦੀ ਐਜੂਕੇਸ਼ਨ ਦਾਸ ਰਿਆ ਉਹਨਾਂ ਨੂੰ ਜਦੋਂ ਲੱਗਦਾ ਹੈ ਕਿ ਮੇਰੇ 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 ਫਾਦਨ ਲਾਉਣ ਨੂੰ ਕੋਈ ਪ੍ਰੋਬਲਮ ਹੈ ਤੇ ਉਹ ਡੈਡੀ ਜੀ ਕਹਿ ਕੇ ਕਹਿੰਦੇ ਡੈਡੀ ਜੀ ਮੈਂ ਆ ਰਿਹਾ ਜੀ ਸੋ ਮੇਰੇ ਖਿਆਲ ਜਦੋਂ ਕੁੜੀ ਉਸ ਘਰ ਦੇ ਵਿੱਚ ਜਿਹੜੀ ਵਾਈਫ ਬਣ ਕੇ ਆਈ ਹੈ ਤੇ ਉਹ ਘਰ ਦੇ ਵਿੱਚ ਕਈ ਵਾਰੀ ਗੁਰਬਤ ਵੀ ਹੁੰਦੀ ਸੀ ਕਈ ਵਾਰੀ ਕੰਮ ਵੀ ਬਹੁਤ ਹੁੰਦਾ ਸੀ ਪਰ ਉਹਨੂੰ ਕਿ ਮੇਰੇ ਮਾਪੇ ਬਪ ਨੂੰ ਮੇਰਾ ਹਸਬੈਂਡ ਜਿਤੋਂ ਆਪਣੇ ਮਾਪੇ ਦੀ ਤਰ੍ਹਾਂ ਜਾਣਦਾ ਤੇ ਮੈਂ ਇਹਦੇ ਲਈ ਕਿਹੜੀ ਚੀਜ਼ ਨਿਸ਼ਾਵਰ ਕਰਦਿਆਂ ਤਾਂ ਕਿ ਇਹਦੇ ਪਰਿਵਾਰ 'ਚ ਕੋਈ ਦਿੱਕਤ ਨਾ ਆਵੇ ਸੋ ਸਮੇ ਬਦਲੇ ਨੇ ਸੋ ਇਹਨਾਂ ਚੀਜ਼ਾਂ ਦੇ ਨਾਲ ਸਿੰਗਲ ਚਾਈਲਡ ਹੋਣ ਕਰਕੇ ਛੋਟੇ ਪਰਿਵਾਰ ਹੋਣ ਕਰਕੇ ਜਿਹੜੀ ਕੁੜੀ ਵਿਆਹ ਕੇ ਜੇਕਰ ਉੱਥੇ ਜਾਂਦੀ ਤੇ ਮੁੰਡੇ ਵੀ ਜੇਕਰ ਘਰਾਂ 'ਚ ਵਿਆਹ ਕੇ ਆ ਜਨ ਉਹਨਾਂ ਦੇ ਘਰ ਆਪਣੇ ਫਾਦਰin ਲਾਕ ਹੋ ਰਹਿਣ ਸੋ ਮੇਰੇ ਕੋਲ ਕੋਈ ਬੁਰੀ ਗੱਲ ਨਹੀਂ ਉਹ ਵੀ ਬੱਚੇ ਹੁੰਦੇ ਨੇ ਮੈਂ ਪਰਸਨਲੀ ਇਸ ਟਾਈਮ ਨੂੰ ਦੇਖ ਰਹੀ ਆਂ ਕਿ ਕਦੋਂ ਇਹ ਵੀ ਰਿਵਾਜ ਸ਼ੁਰੂ ਹੋਵੇ ਮੁੰਡਿਆਂ ਨੂੰ ਵੀ ਸ਼ਾਨ ਬਾਨ ਨਾਲ ਵਿਆਹ ਕੇ ਆਵੇ ਮੁੰਡਿਆਂ ਦੀ ਵੀ ਡ ਦੁਆ ਕਰਦੇ ਆ ਜੀ ਇਸ ਤਰ੍ਹਾਂ ਦੀ এডਿਕੇਸ਼ਨ ਲੋਗ ਬਾਬਲ ਮੇਰੀਆਂ ਗੁੱਡੀਆਂ ਦੀ ਜਗਾ ਬਾਬਲ ਮੇਰੇ ਜਿਹੜੇ ਮੋਟਰਸਾਈਕਲ ਤੇਰੇ ਘਰ ਰਹਿ ਗਏ ਖੂਬ ਖੂਬ ਸੋ ਰਿਵਾਜ ਹੈ ਆਮ ਤੌਰ ਤੇ ਦੇਖਣ ਚਾਹੁੰਦਾ ਹੁੰਦਾ ਸੀ ਨਾ ਕਿ ਇਹਨਾਂ ਦੀ ਤਾਂ ਕੁੜੀ ਆ ਇਹਨਾਂ ਨੇ ਜ਼ਮੀਨ ਕੀ ਕਰਨੀ ਐ ਅੱਗੇ ਹੁ ਰਿਵਾਜ ਹੁੰਦਾ ਸੀ ਕਿ ਚਾਚੇ ਤਾਇਆ ਦੇ ਵਿੱਚ ਆਪਾਂ ਆਮ ਤੌਰ ਤੇ ਘਰਾਂ ਚ ਪੰਜਾਬੀ ਘਰਾਂ ਚ ਦੇਖਦੇ ਆ ਆ ਕਿ ਚਾਚੇ ਤਾਇਆ ਨੇ ਕਹਿ ਦੇਣਾ ਕਿ ਇਹਦੀਆਂ ਤਾਂ ਕੁੜੀਆਂ ਹੀ ਆ ਇਹਨਾਂ ਦੀ ਜ਼ਮੀਨ ਵੀ ਸਾਨੂੰ ਆ ਜਾਣੀ ਐ ਸੋ ਪ੍ਰੋਪਰਟੀ ਰਾਈਟ ਔਰਤ ਨੂੰ ਮਿਲਣ ਦੇ ਨਾਲ ਔਰਤ ਦਾ ਬੜਾ ਮਜ਼ਬੂਤ ਬਿਲਕੁਲ ਬਿਲਕੁਲ ਜਿਦੋਂ ਔਰਤਾਂ ਦੇ ਕੋਲ ਰਾਈਟ ਹੈ ਕੁੜੀਆਂ ਦੇ ਕੋਲ ਆਪਣੇ ਪੇਰੈਂਟਸ ਦੀ ਪ੍ਰਾਪਰਟੀ ਦਾ ਰਾਈਟ ਹੈ ਸੋ ਇਨ-ਲਾਸ ਦੇ ਵਿੱਚ ਰਾਈਟ ਹੈ ਇਹਦੀ ਗੱਲਾਂ ਚਲੇ ਅਗਾ ਇਹ ਇਸ ਕਾਰਨਾ ਕਰਕੇ ਮਜ਼ਬੂਤ ਨਹੀਂ ਕੱਲੀਆਂ ਹੋਈਆਂ ਔਰ ਦੀ ਐਜੂਕੇਸ਼ਨ ਉਹਦੀ ਬੜਾ ਵੱਡਾ ਰੋਲ ਹੈ ਇਹ ਬੜਾ ਵੱਡਾ ਰੋਲ ਹੈ ਔਰ ਜਿਹੜੇ ਅਗਾ ਜਿਹੜੇ ਜੋਈ ਮਿਲਦੇ ਨੇ ਪੁੱਤਰ ਦੇ ਰੂਪ ਚ ਮਿਲਦੇ ਨੇ ਤੇ ਉਹ ਤਾਕਤ ਬਣਦੇ ਨੇ ਮੈਂ ਸਮਝਦੀ ਵੀ ਲੜਕੀ ਦੇ ਪੇਰੈਂਟਸ ਦੇ ਤੇ ਉਹ ਚਾਚੀਆਂ ਤਾਇਆ ਵਾਲੀਆਂ ਗੱਲਾਂ ਅੱਜ ਖਤਮ ਹੋ ਰਹੀਆਂ ਨੇ ਜੀ ਅਜੋਕੇ ਦੌਰ ਦੇ ਵਿੱਚ ਅਬਲਾ ਨਾਰੀ ਨੂੰ ਤੁਸੀਂ ਸਬਲਾ ਬਣਦੇ ਹੋਏ ਦੇਖਿਆ ਜੀ ਹੈਨਾ ਤੇ ਫਿਰ ਤੁਸੀਂ ਉਸ ਅਬਲਾ ਨਾਰੀ ਦਾ ਹੱਲੇ ਕਿੰਨਾ ਰੂਪ ਹੋਰ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈਗਾ ਕਿਤੇ ਹੱਲੇ ਸਟਿਲ ਅਬਲਾ ਅਜੀਬ ਹੀ ਹੈ ਅਜੀਬ ਹੀ ਹੈ ਮੈਂ ਤੁਹਾਨੂੰ ਪਹਿਲੀ ਵੀ ਕਿਹਾ ਵੀ ਆਡਿਟਿੰਗ ਕਰਨ ਦੀ ਜ਼ਰੂਰਤ ਹੈ ਪਾਲਿਸੀਆਂ ਬਣਾਉਣ ਦੇ ਨਾਲ ਸਾਰੀ ਗੱਲ ਨਹੀਂ ਹੋ ਜਾਂਦੀ ਜਦ ਤੱਕ ਕਿਪਾ ਆਡਿਟ ਨਹੀਂ ਕਰਦੇ ਕਿ ਜਿਸ ਤਰ੍ਹਾਂ ਕੋਈ ਹੁੰਦਾ ਹੈ ਨਾ ਕਿ ਰਾਸ਼ਨ ਦੀ ਦੁਕਾਨ ਦੇ ਉੱਤੇ ਕਿ ਕਾਫੀ ਸਾਮਾਨ ਆਇਆ ਪੂਰਾ ਵੰਡਿਆ ਗਿਆ ਕਿ ਨਹੀਂ ਵੰਡਿਆ ਗਿਆ ਇਸੇ ਤਰ੍ਹਾਂ ਔਰਤ ਦੇ ਹੱਕਾਂ ਦੀ ਜੇ ਤੁਸੀਂ ਗੱਲ ਕਰਦੇ ਆ ਨਾ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਗੱਲ ਤੇ ਪੂਰਾ ਗੌਰ ਕਰਨ ਕਿ ਵਾਕਿਊ ਤੀ ਇੰਪਲੀਮੈਂਟ ਵੀ ਹੋਇਆ ਕਿ ਨਹੀਂ ਹੋਇਆ ਸਿਰਫ ਖਾਤਿਆਂ 'ਚ ਲਿਖ ਕੇ ਇਹ ਗੱਲ ਕਿ ਔਰਤਾਂ ਨੂੰ ਆ ਰਾਈਟ ਦਿੱਤੇ ਗਏ ਔਰਤਾਂ ਲਈ ਇਨਾ ਰੱਖਵਾ ਕਰਨ ਕੀਤਾ ਗਿਆ ਤੁਸੀਂ ਹੁਣ ਵੀ ਦੇਖੋਗੇ ਸਿਆਸੀ ਤੌਰ ਤੇ ਅਨਾਉਂਸਮੈਂਟਸ ਹੁੰਨੀਆਂ ਨੇ ਪੀ ਇੰਨੇ ਪਰਸੈਂਟ ਰਾਈਟ ਜਿਹੜੀਆਂ ਔਰਤਾਂ ਨੂੰ ਹੈ ਪਰ ਉਹਨਾਂ ਨੂੰ ਰਾਈਟ ਮਿਲਦੇ ਨਹੀਂ ਸੋ ਸੋ ਔਰਤ ਬੁਲੰਦ ਹੋ ਚੁੱਕੀ ਹੈ ਜੀ ਉਹ ਨਬਲਾ ਨਹੀਂ ਹੈ ਉਹਦੀ ਐਜੂਕੇਸ਼ਨ ਹੈ ਉਹ ਆਪਣੇ ਰਾਈਟ ਆਪ ਲੈ ਗਈ ਲੜਾਈ ਕਰੀਦੀ ਤਾਂ ਜਦੋਂ ਤੇ ਆਪਣੇ ਰਾਈਟ ਆਪ ਲੈ ਲਈ ਤੇ ਇੱਕ ਹਰਦੀਪ ਕੋਰ ਜੀ ਮੇਰਾ ਸਵਾਲ ਸਭਿਆਚਾਰ ਨੂੰ ਲੈ ਕੇ ਕਲਚਰ ਨੂੰ ਲੈ ਕੇ ਮੈਂ ਅੰਦਰੂਨੀ ਤੌਰ ਤੇ ਬਹੁਤ ਪਸੰਦ ਕਰਦੀ ਆ ਕਲਚਰ ਦੇ ਨਾਲ ਜੁੜੇ ਰਹਿਣਾ ਚਾਹੀਏ ਜਿਹੜਾ ਮਰਜ਼ੀ ਮੇਰਾ ਫੀਲਡ ਹੋਵੇ ਮੈਨੂੰ ਸ਼ੌਕ ਹੁੰਦਾ ਹੈ ਕਿ ਮੈਂ ਨਵੀਆਂ ਨਵੀਆਂ ਚੀਜ਼ਾਂ ਸਿੱਖਾਂ ਹਨਾ ਤੁਹਾਨੂੰ ਵੀ ਹੋਏਗਾ ਹਰ ਬੰਦੇ ਨੂੰ ਹੁੰਦਾ ਹੈ ਪਰ ਸਮਾਜ ਚਾਹੁੰਦਾ ਕਿ ਸੱਭਿਆਚਾਰ ਦੇ ਠੇਕੇਦਾਰ ਕੱਲੀ ਔਰਤ ਬਣੀ ਰਵੇ। ਉਹਨੂੰ ਪਤਾ ਹੋਵੇ ਕਿੱਥੇ ਕੀ ਪਾ ਕੇ ਜਾਣਾ, ਕਿੱਦਾਂ ਪਾਉਣਾ। ਹੁਣ ਮੁੰਡੇ ਪੈਂਟ ਕਮੀਜ਼ ਜਿਹੜੀ ਮਰਜ਼ੀ ਥਾਂ ਤੇ ਪਾਲਣ, ਕੋਈ ਦਿੱਕਤ ਨਹੀਂ। ਔਰਤ ਨੂੰ ਸਮੇਂ ਦੇ ਹਿਸਾਬ ਦੇ ਨਾਲ ਕੱਪੜਿਆਂ 'ਚ ਦੇਖਣਾ ਸਮਾਜ ਦੀ ਆਦਤ ਬਣ ਗਈ ਆ। ਜਿੰਨੀ ਮਰਜ਼ੀ ਚਲਾਕ ਔਰਤ ਐ, ਜਿੰਨੀਆਂ ਮਰਜ਼ੀ ਸ਼ੈਤਾਨੀਆਂ ਕਰਦੀ ਐ, ਸੂਟ ਪਾ ਕੇ ਸਿਰ ਤੇ ਚੁੰਨੀ ਲੈ ਕੇ ਨੀਮੀ ਪਾ ਕੇ ਰੱਖਦੀ ਐ। ਇਹ ਸ਼ਰੀਫ ਹੂੰ 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 ਉਹਦੇ ਕੱਪੜੇ ਥੋੜੇ ਵੱਖਰੇ ਹੋ ਗਏ ਦਿਲ ਦੀ ਉਹ ਜਿੰਨੀ ਮਰਜੀ ਸਾਫ ਆ ਇਹ ਬਹੁਤ ਚਲਾ ਕੇ ਸੋ ਪਤਾ ਹੈ ਕੀ ਗੱਲ ਹੈ ਜੀ ਇੱਕ ਜਿਹੜੀਆਂ ਸਥਾਨਿਕ ਇੱਕ ਸੰਸਕ੍ਰਿਤੀ ਹੁੰਦੀ ਹੈ ਤੋ ਉਹ ਸੰਸਕ੍ਰਿਤੀ ਦੇ ਮਤਲਬ ਅਕਿ ਜਿਹਦਾ ਪੰਜਾਬ ਦੀ ਪੰਜਾਬੀਅਤ ਹੈ ਸੋ ਜੇ ਕੋਈ ਲਾਗੂ ਔਰਤਾਂ ਤੇ ਹੁੰਦੀ ਹੈ ਨਾ ਨਹੀਂ ਨਹੀਂ ਲਾਗੂ ਦੀ ਗੱਲ ਨਹੀਂ ਇਹ ਆਪਣੀ ਸ਼ੌਕ ਦੀ ਗੱਲ ਹੈ ਤੁਸੀਂ ਕਈ ਵਾਰ ਦੇਖਿਆ ਹੋਣਾ ਮੈਂ ਬਹੁਤ ਸਾਰੇ ਆਈਪੀਐਸ ਆਈਐਸ ਆਫੀਸਰਸ ਨੂੰ ਵਿਆਹਮਤੇ ਦੇਖਿਆ ਜਿਹੜੇ ਤੋਂ ਆਪਣੇ ਘਰਾਂ ਦੇ ਵਿਆਹਾਂ ਚ ਹੁੰਦੇ ਨੇ ਤੇ ਉਹ ਕੁੜਤੇ ਪਜਾਮੇ ਚਾਦਰੇ ਚ ਮੈਂ ਦੇਖਿਆ ਤੇ ਇਹਦਾ ਮਤਲਬ ਹੀ ਹੈ ਇਹਦਾ ਮਤਲਬ ਹੀ ਹੈ ਕਿ ਉਹ ਆਪਣੀ ਦਿਲ ਦੀ ਰੂਹ ਪੂਰੀ ਕਰਦੇ ਸੋ ਕੌੜ ਜਿੰਨੀ ਮਰਜੀ ਪੜ ਲਿਖ ਜਾਵੇ ਤੇ ਮੈਂ ਸਮਝਦੀ ਕਿ ਜਦੋਂ ਆਪਣੇ ਲਿਬਾਸ ਵਿੱਚ ਹੁੰਦੀ ਹੈ ਨਾ ਲਿਬਾਸ ਵਿੱਚ ਉਹਨੂੰ ਆਪਣੇ ਆਪ ਨੂੰ ਚੰਗਾ ਲੱਗਦਾ ਕਿ ਮੈਂ ਰਿਪਰੈਜ਼ੈਂਟ ਕਰ ਵੱਟੇ ਰਿਪਰੈਜ਼ੈਂਟ ਕਰ ਰਹੀ ਐ ਐਜ਼ ਯੂ ਨੋ ਰਿਪਰੈਜ਼ੈਂਟ ਕਰ ਰਹੀ ਐ ਐਜ਼ ਇਹ ਪੰਜਾਬੀਅਤ ਦੇ ਪ੍ਰੈਜ਼ੈਂਟ ਕਰ ਰਹੀ ਆ ਬਹੁਤ ਸਾਰੇ ਜਿਹੜੇ ਕਲਚਰ ਦੇ ਲੋਕ ਆਏ ਹੁੰਦੇ ਨੇ ਉਹ ਤੋਂ ਦੇਖਦੇ ਭੀ ਉਹਨਾਂ ਦੀ ਨੋਹ ਜਾਂ ਉਹਨਾਂ ਦੀ ਤੀਨੇ ਪੰਜਾਬੀਅਤ ਦੀ ਬੜੀ ਅੱਛੀ ਲੁੱਕ ਪਾਈ ਸੀ ਤੁਸੀਂ ਦੇਖਿਆ ਅੱਜ ਵੀ ਕੁੜੀਆਂ ਜਿਹੜੀਆਂ ਮੈਨੂੰ ਬਹੁਤ ਸ਼ੌਕ ਹਾਲਾ ਸਰ ਉਹ ਜਿਹੜੀ ਹੈਗੇ ਜਿੰਨੀ ਜਿਹੜੀ ਪੁਰਾਣੀ ਡ्रेसेस ਜਿਹੜੀਆਂ ਬਹੁਤ ਮੋٹے ਮੋਟੇ ਉਹਨਾਂ ਦੇ ਨਾਮ ਨਹੀਂ ਆਉਂਦੇ ਕਿ ਉਹ ਪੰਜਾਬੀ ਸਾਰੀਆਂ ਚੀਜ਼ਾਂ ਪੰਜਾਬੀ ਗਾਣੇ ਦੇ ਨਾਲ ਸਜਣਾ ਫੁਲਕਾਰੀ ਪਾਣਾ ਪੰਜਾਬੀ ਜੁੱਤੀ ਪਾਣਾ ਇਹ ਉਹ ਤਾਂ ਆਪਣਾ ਸ਼ੌਕ ਆ ਸੋ ਚਾਹੁੰਦੀ ਐ ਭੀ ਦੱਸਣਾ ਕਿ ਮੈਂ ਪੂ ਵਡੇ ਅਫਸਰ ਹੋ ਜਵੇ ਸੋ ਉਹ ਉਹ ਮਤਲਬ ਉਹਦਾ ਇੱਕ ਮਤਲਬ ਸੰਸਕ੍ਰਿਤੀ ਦੇ ਮਤਾਬਕ ਨੂੰ ਪੂਰਾ ਰੱਖਣਾ ਉਹਦੇ ਵਿੱਚ ਮੈਚ ਹੋਣਾ ਉਹ ਤਾਂ ਆਪਣਾ ਇੱਕ ਨਿੱਜੀ ਨਿੱਜੀ ਮਾਮਲਾ ਹੋਵੇ ਵੱਖਰੀ ਚੀਜ਼ ਐ ਨਿੱਜੀ ਪਸੰਦ ਹੋਵੇ ਹਰ ਇੱਕ ਪੰਜਾਬਣ ਦਾ ਨਿੱਜੀ ਹੋਣਾ ਪਸੰਦ ਆ ਬਸ ਉੱਤੇ ਥੋਪ ਦੇਣਾ ਇਹ ਉਹ ਗਲਤ ਹੈ ਫਿਰ ਤੁਸੀਂ ਇਸ ਤਰ੍ਹਾਂ ਬਹਿ ਜੀ ਹੁਣ ਪ੍ਰੋਗਰਾਮ ਦਾ ਵੇਲਾ ਖਤਮ ਹੋ ਗਿਆ ਹੈ ਮੇਰੇ ਕੋਲ ਬੜੇ سارے ਸਵਾਲ ਕਿਉਂਕਿ ਨਾਰੀ ਸਸ਼ਕਤੀਕਰਨ ਜਿਹੜਾ ਸਾਡਾ ਵਿਸ਼ਾ ਸੀ ਨਹੀਂ ਵਿਸ਼ਾ ਖਤਮ ਨਹੀਂ ਹੋ ਸਕਦਾ ਪਰ ਸਮਾ ਹਮੇਸ਼ਾ ਖਤਮ ਹੁੰਦਾ ਹੈ ਤੁਸੀਂ ਹਰਦੀਪ ਕੌਰ ਪੰਮਰਾ ਜੀ ਸਟੂਡੀਓ ਦੇ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੇ ਨਾਲ ਵੇੜਾ ਪਰ ਨੀ ਪੂਆ ਕੁੜੀਓ ਫਿਲਮੀ ਗਾਣੇ ਗਾਉਂਦੀ ਰਾਣੀ ਮੁਖਰਜੀ ਵਰਗਾ ਨਹੀਂ ਮੈਂ ਹੀਰ ਸਟੈਨ ਬਣਾਉਂਦੀ ਇੱਕ ਦਿਨ ਥੋੜੇ ਫੁੱਫੜ ਤੋਂ ਅੰਗਰੇਜੀ ਕਹਿ ਦਮਗਾਇਆ ਜਿਉਂਦਾ ਰਹੇ ਥੋੜਾ ਫੁੱਫੜ ਮੀ ਉਹ ਮਿੰਟਾਂ ਵਿੱਚ ਲਿਆਇਆ ਅੱਜ ਕੱਲ ਥੋੜੀ ਪੂਆ ਕੁੜੀਓ ਇੰਗਲਿਸ਼ ਪੜਦੀ ਰਹਿੰਦੀ ਅੱਜ ਕੱਲ ਥੋੜੀ ਪੂਆ ਕੁੜੀਓ ਇੰਗਲਿਸ਼ ਪੜਦੀ ਰਹਿੰਦੀ ਨੀ ਪੂਆ ਨੀ ਪੂਆ ਨੀ ਪੂਆ ਫੁੱਫੜ ਨੂੰ ਲਵ ਯੂ ਲਵ ਯੂ ਕਹਿੰਦੀ ਨੀ ਪੂਆ ਫੁੱਫੜ ਨੂੰ ਲਵ ਯੂ ਲਵ ਯੂ ਕੈਂ ਦਿਨ ਪੂਆ ਫੁੱਫੜ ਨੂੰ ਬਾਗ ਰੁ ਬਾਗ ਰੁ ਭਾਈ ਪਰ ਪੂਆ ਫੁੱਫੜ ਦਾ ਕੀ ਹਾਲ ਐ ਗੜੀ ਵੜੀ ਵਰਸੀ ਖਟਣ ਗਿਆ ਸੀ ਬਟੂਏ ਚ ਪੈਸੇ ਪਾ ਕੇ ਥੋੜਾ ਫੁੱਫੜ ਖਟਣ ਗਿਆ ਸੀ ਬਟੂਏ ਚ ਪੈਸੇ ਪਾ ਕੇ ਪਰ ਪੂਆ